ਸਾਡੀ ਭੈਣ ਤੂੰ ਵੇਖੇ ਬਲਕਿ ਆ ਹੀ ਜਾਣੀ ਭਾਜੀ ਮੈਂ ਗਲੀ ਚ ਕੁੱਤਾ ਭੌਂਕਦਾ ਉਹਨੂੰ ਕਹਿੰਦੇ ਸੌ ਦੇ ਤੈਨੂੰ ਕੁੱਤੀ ਲਿਆ ਕੇ ਦਾ ਇਹਨਾਂ ਦੇ ਮਹੱਲੇ ਕੁੱਤਾ ਮਰਿਆ ਕਾਰ ਥੱਲੇ ਉਹਦੀਆਂ ਲੱਤਾਂ ਖਿੱਚ ਕੇ ਕਹਿੰਦਾ ਬਾਹਰ ਨਿਕਲ ਏਡਾ ਤੂੰ ਮਕੈਨ ਅੱਗੇ ਇਹਨਾਂ ਦੇ ਮਹੱਲੇ ਵੀ ਕੁੱਤਾ ਮਰਿਆ ਪਿਆ ਤੇ ਨੱਕ ਫੜ ਕੇ ਟੁਰ ਜਾ ਕੁੱਤਾ ਉੱਠ ਕੇ ਮੈਂ ਕਿਹਾ ਉਹਨੂੰ ਕਿਹਾ ਭਾਈ ਤੇਰੀ ਬੋਹ ਨਾਲ ਤੇ ਮੈਂ ਮਰਿਆ ਉਹ ਬੰਦਾ ਦੱਸੋ ਜਿਹਦੇ ਨਾਲ ਸ਼ਾਦੀ ਹੋਣੀ ਮੈਂ ਸੈਲਨ ਦੁਕਾਨ ਤੇ ਗਿਆ ਮੈਂ ਕਿਹਾ ਭਾਈ ਦੋ ਕੁੱਤੇ ਪਾ ਦਿਓ ਨਹੀਂ ਕਾਹ ਬਾਤ ਹੈ ਕਹੋ ਬਾਤ ਮੁੰਨੇ ਤੇਰੀ ਵੀ ਭੈਣ ਹੈ ਹਾਂਜੀ ਕਿ ਤੁਸੀਂ ਨਾਫ ਕੱਢਣੀ ਉਹਦੀ ਨਹੀਂ ਨਾਫ ਨਹੀਂ ਕੱਢਣੀ ਉਹਦੀ ਕੱਢਣੀ ਹੈ ਜੀ ਉਹ ਮਾਲਕ ਬੁਲਾਓ ਜਿਹਦੇ ਨਾਲ ਮੇਰੀ ਬੇਟੀ ਦੀ ਸ਼ਾਮ ਜੀ ਕਿੱਥੇ ਰਹਿ ਗਏ ਤੁਸੀਂ ਪਤਾ ਨਹੀਂ ਕਿੱਥੇ ਰਹਿ ਗਏ ਸੁੱਤੇ ਰਹਿੰਦੇ ਪਤਾ ਨਹੀਂ ਜਾਓ ਅੰਦਰ ਜਾ ਕੇ ਪਤਾ ਕਰ ਸਾਹਿਬ ਨੂੰ ਭੇਜ ਆ ਕੇ ਆ ਰਹੇ ਨੇ ਉਹਨਾਂ ਨੂੰ ਭੇਜ ਬੱਤ ਪੀਸ ਨੌਕਰ ਮੱਥੇ ਲੱਗ ਗਿਆ ਸਾਡੇ ਆਂਦੇ ਆ ਸਾਰੇ ਗੱਲ ਸੁਣ ਲੈ ਇੱਕ ਮਿੰਟ ਯਾਦ ਰੱਖੀ ਸੋ ਤੋਂ ਪਹਿਲੇ ਮੇਰੀ ਭੈਣ ਦਾ ਇੱਥੇ ਵਿਆਹ ਹੋਇਆ ਮੇਰੀ ਭੈਣ ਦਾ ਉੱਥੇ ਹੋਏਗਾ ਮੈਂ ਕਹਿੰਦਾ ਅਸਲਾਮ ਅਲੈਕਮ ਅਸੀਂ ਤਿੰਨੇ ਜੀ ਭੈਣਾਂ ਦੇਣ ਆਏ ਆ ਭੈਣਾਂ ਦੇਣ ਆਏ ਆ ਰਿਸ਼ਤੇ ਕਰਾਣੇ ਤੁਹਾਡੇ ਬੱਚਿਆਂ ਨਾਲ ਇਹ ਕੀ ਦੇਣਾ ਭੈਣਾਂ ਤੂੰ ਵੈਸੇ ਕੁਝ ਭੈਣਾਂ ਦੇਣਾ ਭੈਣਾਂ ਦੇਣ ਆਏ ਉਹ ਨਹੀਂ ਸਾਰ ਅਸੀਂ ਇੱਥੇ ਭੈਣਾਂ ਦੇਣ ਆਏ ਆ ਅੱਛਾ ਤੇ ਹੱਥ ਉੱਤੇ ਰੱਖੋ ਜ਼ਰਾ ਤੇ ਜਿੱਥੇ ਤੁਹਾਡਾ ਇਲਾਕਾ ਉੱਥੇ ਕੋਈ ਨਹੀਂ ਲੈਂਦਾ ਉੱਥੇ ਲੈਂਦਾ ਪਹਿਲਾਂ ਜੀ ਕੱਢ ਕੇ ਰਹਿ ਜਾਂਦੇ ਕਮਾਲ ਹੋ ਗਿਆ ਚਾਚਾ ਜੀ ਦੇਖੋ ਮੇਰੀ ਸਿਸਟਰ ਦੀ ਸ਼ਾਦੀ ਹੋਏਗੀ ਇੱਥੇ ਤੇਰੀ ਤੁਹਾਡੀ ਹੋਈ ਜੀ ਮੇਰੀ ਬਸ ਛੱਡ ਦਿਓ ਨਹੀਂ ਨਹੀਂ ਤੁਹਾਡੀ ਅਜੇ ਨਹੀਂ ਹੋਈ ਨਹੀਂ ਕੀ ਵਜ੍ਹਾ ਬਸ ਮੈਨੂੰ ਡਰ ਲੱਗਦਾ ਵਿਆਹ ਤੈਨੂੰ ਲੱਗਦਾ ਜਾਂ ਕਰਨ ਵਾਲੇ ਨੂੰ ਤੇਰੇ ਕੋਲੋਂ ਲੱਗਦਾ ਨਹੀਂ ਨਹੀਂ ਮੈਨੂੰ ਕੀ ਪੁੱਛਦਾ ਮੈਂ ਜੰਮੀ ਇਹ ਜਨਾਬ ਤੁਸੀਂ ਆਪਣਾ ਤਾਰਸ ਕਰੋ ਤੁਸੀਂ ਕੌਣ ਇਸ ਘਰ ਦੇ ਮਾਂ ਕਹਾ ਮਾਲਕ ਆ ਗਿਆ ਇਸ ਘਰ ਦੇ ਤੁਸੀਂ ਮਾਲਕ ਹੋ ਸਾਲੇ ਇੰਨੇ ਨੇ ਪੈਸੇ ਲੈਂਦੇ ਹੋ ਰੁਪਈਏ ਤਦ ਤੱਕ ਜਸ਼ਨ ਤਾਂ ਨਹੀਂ ਪੀਂਦੇ ਲੱਖ ਲੱਖ ਇੱਥੇ ਮਰਨ ਵਾਲੇ ਮੌਸਮ ਹੀ ਇਹੋ ਜਿਹਾ ਇਹ ਮੌਸਮ ਤੇਰੇ ਕੱਲੇ ਤੇ ਵਾਰਤ ਹੋਇਆ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਸਹੀ ਬੋਲ ਰਿਹਾ ਨਾ ਹੈ ਮੈਂ ਤਾਂ ਸਹੀ ਬੋਲ ਰਿਹਾ ਨਹੀਂ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਸਮਝਦਾ ਨਹੀਂ ਤੂੰ ਦੇਖੋ ਮੇਰੀ ਭੈਣ ਦੀ ਸ਼ਾਦੀ ਇੱਥੇ ਹੋਣੀ ਚਾਹੀਦੀ ਹੈ ਦੇਖੋ ਤੁਸੀਂ ਕੰਪਰੋਮਾਈਜ਼ ਕਰੋ ਸਾਡੇ ਇਹ ਕਦੇ ਨਹੀਂ ਹੋਏਗਾ ਮੇਰੀ ਭੈਣ ਦਾ ਵਿਆਹ ਇੱਥੇ ਹੋਏਗਾ ਜੇ ਬਹੁਤੀ ਅੱਗ ਲੱਗੀ ਨਾ ਪਹਿਲੇ ਕਰਾ ਲਵੇ ਬਤਨੀ ਤੁਹਾਡੀ ਇਹ ਭਾਣਾ ਨਿਕਲਣ ਡੀਆਂ ਆ ਸਾਲਿਓ ਹੁਣ ਦੌੜਨ ਡੀਆਂ ਆ ਅਸੀਂ ਉਹਨਾਂ ਦੇ ਹੱਥ ਪੀਲੇ ਕਰਾਂਗੇ ਇੱਥੇ ਉਹਦੇ ਅੱਜ ਚੌਂਸਾ ਫੜਾ ਲਓ ਦੱਸੋ ਜੀ ਮੇਰੀ ਭੈਣ ਦਾ ਵਿਆਹ ਕਰੋ 80 ਜੀਬੀ ਉਹਦੀ ਆਪਣੀ ਮੈਮਰੀ ਹੈ ਤੇ ਚਾਰਜਰ ਵੀ ਜਨਮਨ ਉਹਦਾ ਹਾਂਜੀ ਮੇਰੇ ਵਾਲਾ ਚਾਰਜਰ ਲੱਗ ਜੂ ਉਹਨੂੰ ਦਵਾਈ ਲੈ ਕੇ ਦਿਓ ਨਾ ਕਿਉਂ ਨਹੀਂ ਲੈ ਕੇ ਦੇ ਰਹੇ ਉਹ ਸ਼ਾਦੀ ਨਹੀਂ ਕਰ ਰਹੇ ਤੇ ਦਵਾਈ ਲੈ ਕੇ ਦਿਓ ਨਾ ਤੇ ਤੁਸੀਂ ਜਹੇਜ਼ ਨਾ ਦੇਣਾ ਪਹਿਲੇ ਉਹਨਾਂ ਦਾ ਇਲਾਜ ਕਰਾ ਦਿਓ ਮੇਰੀ ਭੈਣ ਦਾ ਵਿਆਹ ਇਸ ਘਰ ਚ ਨਾ ਹੋਇਆ ਤੇ ਮੈਂ ਇਸ ਘਰ ਦੀ ਇੱਟ ਨਾਲ ਇੱਟ ਵਜਾ ਦੇਣਾ ਏਡਾ ਤੂੰ ਭੱਠੇ ਤੇ ਕੰਮ ਕਰਦਾ ਉਹ ਮੁੰਡੇ ਨਹੀਂ ਮੰਨਦੇ ਤੇ ਮੈਨੂੰ ਦੱਸੋ ਵੀ ਮੈਂ ਤਿੰਨਾਂ ਨਾਲ ਇਕੱਲਾ ਕਰ ਲਵਾਂ
क्यों नहीं मानते की वजह है जेल भी दांगे और मेरी गल सुनो फोन जो अभी आवेंगे अपन भैन इतने नाल लैके आवेंगे ठीक है जनाब मेरी भैन की क्वालिटी मैं तुम दस नहीं सकता तू शक्ल तो कंजर जिहा लगदा देखो तुसी इस तरह करो जी जी तुसी तीनो अपनी भैणा लिया के अच्छा इस घर च छड़ दियो ओ सवाल हो भैणा के बकरियां है देखो हुण मैं ये भी नहीं कह सकता भी तुहाडे नाल होया तुहानू किसे ने गिला दिता छड्डो इस गल नू तुसी उन्नी भी मुंडे इहो जे नहीं है उह कार्ज करनगे अंडरस्टैंडिंग अपने बच्चों नूं पुछ लो मैं बुला लेना जी कल्ले कल्ले नूं बुला लेना बुलाओ ना बुलाओ ना मेरे मुंह तो कराओ की वेखना वेख की रहे तुसी कदी बगैरत वेख्या अच्छा मुंडे ने पता नहीं मुंडे मनदे के नहीं मनदे हां तैनूं देख के मेरा ही नहीं तेरी भैण ते दिल मन रहा ओए नी दिया वेख ते ला बुरे बंदे दे रिजल्ट चंगे हुंदे आ तेरी ते भैण है ना रिजल्ट ओए आओ ते अब्बा अब्बा जी नाल शक्ल मिलदी ना मेरे नाल चंगा भला पता जो अब्बा जी मरे ने तुसी सानू पालिया असि नहीं चाहते के तुसी ब्याह नहीं किया असि भी ब्याह करिए बगैर देखिए मेरी बात सुने हाँ जी सुनाए मेरी बहन बहुत खूबसूरत है तो इसमें मेरा क्या कसूर है मेरी कोई इन्वेस्टमेंट है उसके अंदर नहीं तो ओ तो खूबसूरत है ते तेरी बारी की मौत पई उन्होंने ओ यार भी एके बारी पता नहीं रहा देखिए बात सुने मैं फिलहाल अपनी ऊंची बोला बोरी थले ही देखे ही ओ यार तेरी बोल भैन नहीं देनी ओ मेरा कान पाड़ दे बचिया भी यही है जी ये गल कर तुसी देखिए आप क्यों ऐसे आ रहे हैं मेरे पीछे नहीं नहीं मैं तो बेजरर जी आदमी है मेरा देखिए मेरी बहन का आपको नहीं पता आप लोगों को हमने समझाया ना हमारे भाई ने शादी नहीं की तो हम भी शादी नहीं करेंगे पुत्र मैं तो तुम्हारी वजह ने नहीं की कि तुसी जवान हो जाओ ऐसी बातें कमा करा के खड़ो जाओ मेरा कोई मेरे जरूरत नहीं तुम्हारी वजह से नहीं करनी इस घर के औरत नहीं आनी देखो कि आपस ही ठीक हां ओए भाई बस असि भरा भरा आपस मीटिंग करके सो जाने तुहाडी इजाजत होवे तो मैं औरत नहीं ठीक भाईजान इस घर च औरत नहीं आनी औरत फितना है औरत घर खराब कर दंदी है नहीं जे औरत ना आई तो तुहाडे प्यो दी नस्ल किवें वधे प्यो दी नस्ल रवे कोल तैनूं इस गल नाल कोई है भाजी तेरे प्यो दी नस्ल वधी किहड़ा फायदा हो गया जिस प्यो दी है औलाद दा खाना खराब लख लण तुस नस्ल दे उत्ते ना असल ठीक ना नस्ल ठीक हुण लग्गे नहीं पता अगर तुसी इजाजत दिओ तो मैं बच्चे दा ज़हन बना लवां बेटे मेरी जो बहन है ना हाँ जी आप बहुत इंजॉय करो देखो मैं लख लाना तेरी जिंदगी दे बगैर ता दुनिया दा पहला बंदा जेड़ा भैन दी मार्केटिंग करे तू पूरी बात सुने आप जिंदगी बहुत इंजॉय करो देखो जिंदगी तो इंजॉय होती रहती है लेकिन मैं इस बात पे नहीं मेरे भाई से पूछ के देख ले अगर उन्होंने शादी करनी है तो मैं हाजिर देखो मेरी बहन के होंठ जो है ना इतने इतने आपके होंठ और उसके एक जैसे ही है बोलो फैलो नहीं ये होंठ माशाल्लाह
ਤੇਰੀ ਭੈਣ ਕਿਸੇ ਕੰਮ ਦੀ ਨੇ ਮੇਰੀ ਭੈਣ ਇਹੋ ਜਿਹੇ ਬੰਦੇ ਦੀ ਮੰਨ ਜਾਓ ਛੇਤੀ ਮੰਨ ਜਾਓ ਜਿੱਦਾਂ ਦਾ ਇਹ ਮਾਰਕੀਟਿੰਗ ਕਰ ਰਹੇ ਨਾ ਮੇਰਾ ਹਲਕਾ ਹਲਕਾ ਜ਼ਹਿਨ ਬਣ ਰਿਹਾ ਟਰਾਲੇ ਥੱਲੇ ਭੈਣ ਦੇਣੀ ਅਸੀਂ देखो मेरी गल सुनो मेरी भैन की क्वालिटी सुनो तेरी तुहाडे च अगर किसी किस्म की कोई भी कमी हो सब पूरी कर देखो मुंडिया का ज़हन नहीं बनता ज़हन बना देने वाली औरत अच्छा जी मैं अपनी गारंटी नहीं देता मेरे भरावों ने गल करके देख लो फिर तुम बाद इतराज ना करना कि जो तुम इनकार किया तो भरावों की भी जिंदगी खराब हो बुला बुला मैं बुला अगर आप मेरी बहन के साथ शादी कर लें तो आपकी ये सर्दियां अच्छी गुजर जाएंगी प्लीज यार इतने बगैर तेरी भैन है साले ये विक्की रसाई ले सर्दी अच्छी गुजर जाएगी तेरी भैन जेड़े गीठी च कोले पाई फिरदी ना मेरी बहन है और ये बहुत ही आला है मेरे लाड़े मेरे चीते ਬਗੈਰਤਾਂ ਸਾਡੇ ਯਾਰਾਂ ਵਿਰਾਹ ਹੋਣੇ ਸਨ ਪੌਣਾ ਮਟੀਰੀਅਲ ਤੈਨੂੰ ਲਾ ਕੇ तेरा हिस्से च बहना बन जा यार अच्छा किसी और दूसरा रिश्ता हेलो आपने मुझे मेरे ख्याल से आता नहीं है पहचाना नहीं मुझे नहीं मैंने आपको नहीं पहचाना इंटेलिजेंट बच्चा तीन महीने हमसाया के बूहे का कूड़ा सुटे आज तक नहीं फड़िया गया मैं जो कूड़ा सुटा माई आज कहे किस कुत्ते बच्चे ने सुटे है मैं कोल खड़ो के हसा क्यों सुटिया मैं सी ना कुत्ते बच्चे का लग रहा जाओ कुप्पी फड़ के लिया जाओ चलो मैं भी इतना अपनी कुप्पी फड़ के लियाओ ते भैन तेरी कितने होर चली ठंड बड़ी पै रही मेरी जिनी मर्जी दे दो कारोबार की जी थोड़ा कारोबार की क्योंकि अस भैन देनी है अस हक रख के तुम पुछना कोई ऐसी गल नहीं कर दे
काम मैं यही करना, अगर तुम ही इतने आ जाए तो मैं तेरा भी काम कर देना। काम तो मेरा बड़ा लंबा चौड़ा है। नहीं सारे ऐसे कि मेरी भैन पढ़ी लिखी आ तो कोई ऐसी गल नहीं, पढ़ी लिखी तो फिर की हो गया। इसी लिए अल्लाह की रहमत नाल काला इलम कीता है। की होया जनाब? एक बारी मैं आप कीता, दो बारी मेरे उत्ते होया। भाई मेरी भैन पढ़ी लिखी डबल एमए तो बाद में अल्हम्दुलिल्लाह हुन मास्टर कीता है। उन दस के तेरा होने वाला जो कारीगर है वो फर्नीचर का बिजनेस कर। बेड वेचना मिसवाका यार। मैं नहीं शादी कर सकता, पागल है। मैं शादी करा, मेरा बड़ा बिरा हाल ही बैठा है, पता नहीं इधर की बनना चाहिए। तेरा ब्याह होना सुहाग रात तो चिक्कड़ हो जाना यार। ओ यार मैं तोड़ी वजह ना नहीं कर रहा, तोड़ी शादी हो जानगी। मैं ऐसी तेरी वजह तो नहीं कर रहा, तू एक काम छड़े तेज किसी और पास मुंह करिए। नहीं तुसी यार मैं बात करूंगा, पहले तोड़े ब्याह करो। चलो देखो छोटे हो, पहले तोड़े ब्याह करो। भाई जान ਤੁਹਾਡੇ ਬੱਚੇ ਨਹੀਂ ਮੰਨਦੇ, ਮੈਂ ਆਪਣੀ ਭੈਣ ਨਾਲ ਲੈ ਕੇ ਆਵਾਂਗਾ ਨਾ। ਓਏ ਕਿੰਨੀਆਂ ਭੈਣ ਤੇਰੀਆਂ? ਇੱਕ ਹੀ ਭਾਈ। ਇੱਕ ਹੀ ਜਿੱਡੀ ਇਹ ਸੋਹਣੀ ਹੈ, ਕੋਈ ਚੰਗਾ ਸਾਬਣ ਤਾਂ ਲੈ ਕੇ ਨਾ ਬਗੈਰ ਤਾਂ। ਓਏ ਕਿੱਥੋਂ ਤੂੰ ਲੰਘਿਆ ਤੇ ਹਮਕ ਆਈ ਹੈ, ਤੈਨੂੰ ਪਤਾ ਇਸ ਗੱਲ ਦਾ? ਖੋਤੀ ਦੀਆਂ ਵਿੱਚ ਇਹ ਹੈ ਨਹੀਂ, ਮੇਰੀ ਭੈਣ ਆ ਰਹੀ ਹੈ ਜੇ। ਅੱਛਾ ਤੇਰੀ ਅੱਲਾ ਦਾ ਇਹਨੂੰ ਸਟ੍ਰਿੰਗ ਪਿਆ ਹੋਏ, ਇਹਨੂੰ ਸਟ੍ਰਿੰਗ ਪਿਆ ਹੋਏ। ਓਏ ਚੱਲ ਲੈ ਭੇਜ ਲੈ ਤੂੰ ਲੈ ਕੇ। ਓਏ ਮੈਂ ਹੁਣ ਭੇਜ ਲੈ, ਉਤੀ ਸੇ ਪਿਆ ਹੈ, ਮੈਂ ਆ ਰਿਹਾ। इस तो छोटी बदक जिड्डी होनी बथेरा करन दी कोई कीती नहीं हुंदा। ब्याह नहीं हुंदा फिर औरत अच्छी नहीं लगदी तुहानू? नहीं औरत बिल्कुल नहीं अच्छी लगदी। बिल्कुल फिर इहदा हल की? मैं हुण पता की सोचिया, मैं तुहाडे तिन्नां दे हत्थ बन्न देणे। छोटा नहीं कर रहा, छोटा नहीं कर रहा, फिर मेरी शादी तुसी क्यों कर रहे हो? नहीं करनी शादी असि। शट अप बदतमीज। इस काम नाल इहो जिहा चक्कर आउंदा हुंदा कुछ भी हो जाए असि शादी नहीं करनी। पहले तुसी करो शादी, तुसी करोगे असी करांगे। असी तुहाडे इस तरह नहीं जान देना, जनाजा जायज नहीं होना। उत्ते जांदे छितर पैणगे तुहानू। पहले तेरा हक बनता है, असी क्यों शादी करिए? सही समझा रहे हो तुम। पहले बन तुसी करोगे ब्याह ते असी ब्याह कर लिए, तू लोक लोक के वेख के असी शर्मिंदा हो रहे होइए। बात अच्छी है, बड़ी गल। नहीं वेखना लेकिन साडा पत्नी दिल क्यों कहिंदा कि असीं महसूस करांगे कि साडा वड्डा फिराह फिर रहा है, असीं मजे लै रहे हां। क्यों नहीं लगो पहले ओ ना ना बैठे से अंदर कमरे च, तुसीं बाहर रो रहे हो। ਤੇਰਾ ਕਿਉਂ ਰੋ ਰਹੇ ਹੋ?
ਆਪ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਤਾਂ ਕਾਹਦਾ कारोबार माड़ा मोटा जनरेटर सब कुछ मैं भरना बिजली के बिल मैं देने जो तू सारा कुछ भरना तो बीवी तेरी होनी साड़ी का नहीं होनी है बिल देगा जिंदगी गुजार लांगे अबे ਇਹ ਤਾਂ ਚੁੰਮੀਆਂ ਦਾ 80 ਰੁਪਈਆ ਲੈ ਲੈ ਤੇ ਬਾਕੀ ਕਿੰਨਾ ਕਮਾਉਂਦੇ ਤੇਰੀ ਫਿਕਰ ਨਹੀਂ ਤੇਰੀ ਸਿਰ ਕੋਈ ਯਾਰ ਮੇਰਾ ਫਿਕਰ ਨਾ ਕਰੋ ਮੇਰਾ ਫਿਕਰ ਨਾ ਕਰੋ ਅਸੀਂ 80 ਰੁਪਏ ਚੁੰਮੀਆਂ ਦੇ ਲੈ ਲੈਨੇ ਤੇਰੀ ਵਜ੍ਹਾ ਤੋਂ ਸਾਰੇ ਪੈਸੇ ਬਰਾਬਰ ਹੋ ਜਾਂਦੇ ਨੇ ਤੈਨੂੰ ਉਹਨਾਂ ਜੁਰਮਾਨਾ ਹੁੰਦਾ ਮਾਮਾ ਤੁਹਾਡੀ ਨੂੰ ਸ਼ਾਦੀ ਹੋ ਗਈ ਤੁਹਾਡੇ ਪਿੱਛੇ ਸੇਰਾ ਲੱਗੇਗਾ ਕਿੰਨਾ ਵਧੀਆ ਭਾਂਦਾ ਤੇਰੀ ਤੇ ਸੇਰਾ ਲੱਗੇਗਾ ਖੋਤੀ ਦੇ ਬੱਚਿਓ ਵੱਡੇ ਭਰਾ ਦੀ ਪਾਤਰ ਰੋਲ ਕੇ ਰੱਖਦੇ ਇੱਥੇ ਸੇਰਾ ਇੱਥੇ ਬੰਨੋਗੇ ਕਿੱਡਾ ਵਧੀਆ ਲੱਗੇਗਾ ਕੀ ਤੂੰ ਮਜ਼ਾ ਲੱਗੇਗਾ ਸੇਰਾ ਪਿੱਛੇ ਨੂੰ ਜਾਏਗੀ ਆਏ ਸੇਰਾ ਪਾ ਕੇ ਜਦੋਂ ਤੂੰ ਘੋੜੀ ਤਬਾਏਗਾ ਜੇ ਘੋੜੀ ਦੀ ਭੈਣ ਨਾ ਨਿਕਲ ਜਾਵੇ ਤਾਂ ਮੈਨੂੰ ਫਾਇਦਾ ਹੋਵੇ ਘੋੜੀ ਦਾ ਤਾਂ ਬੇੜਾ ਖਰਕ ਹੋ ਜਾਣਾ ਉੱਥੇ ਯਕੀਨ ਉਹ ਹੀ ਤਾਂ ਮਜ਼ਾ ਲੈਣ ਵਾਲਾ ਐ ਜੇ ਤੁਸੀਂ ਆਪਣੇ ਸਹੁਰੇ ਤੇ ਜਾਓਗੇ ਵੱਡਾ ਪੀਪਾ ਤੇਲ ਦਾ ਦਰਵਾਜ਼ਾ ਛੋੜਗੇ ਗਲਾਸ ਚ ਕਿੱਡਾ ਮਜ਼ਾ ਆਏਗਾ ਸਾਰਾ ਸਾਰਾ ਵੇਖੇਗਾ ਸਭ ਤੋਂ ਪਹਿਲਾਂ ਤਾਂ ਚੱਪੂ ਨਾਲ ਇਹਨੂੰ ਮਹਿੰਦੀ ਲਾਵਾਂਗੇ ਨਾ ਹਾਂ ਮਜ਼ਾ ਆ ਜਾਏਗਾ ਜੀ ਹਾਂ ਮਜ਼ਾ ਆ ਜਾਏਗਾ ਦਵਾਈ ਤੇ ਕਮਰੇ ਸਾਗਰਾ ਤੋਂ ਵੀ ਝਗੜਾ ਹੀ ਹੋ ਰਿਹਾ ਹੁਣ ਹਾਂ ਜੀ ਕੀ ਓਏ ਆ ਮੈਂ ਸਦਕੇ ਜਾਵਾਂ ਮੇਰਾ ਕਾਲੂ ਵੀ ਤੇਰੇ ਨਾਲ ਨਹੀਂ ਆ ਜੇ ਤੁਹਾਡੀ ਸ਼ਾਦੀ ਹੋਣੀ ਭਾਬੀ ਨੇ ਐਂ ਕਰਕੇ ਪੁੱਛਾਂ ਨੂੰ ਐਂ ਕਰਦੇ ਆ ਬਾਹਰ ਆਉਣਾ ਕਿੱਡਾ ਵਧੀਆ ਲੱਗੇ ਬਸ ਤੂੰ ਵਿਆਹ ਕਰਨਾ ਤੂੰ ਮਦਦ ਸੇ ਸਾਡੇ ਤੇ ਨਾ ਪਾ ਚੱਲ ਯਾਰ ਕਿੰਨੀ ਦੇਰ ਨਹੀਂ ਹੁੰਦਾ ਉਹਨੇ ਤੇਰੇ ਤੇ ਚੱਲਣਾ ਪਾਇਰ ਨੂੰ ਸੇ ਉਹ ਸੁਣੀ ਤੇਰੇ ਦਾ ਬਿਆਨ ਨਹੀਂ ਹੋ ਰਿਹਾ ਉਹਨੇ ਤੇਰਾ ਪਾਇਰ ਨੂੰ ਚੱਲਣਾ ਪਾਇਰ ਨੂੰ ਭੁੱਖ ਲੱਗੀ ਹੈ ਉਹ ਮੁੰਡੇ ਨੂੰ ਕਹਾ ਕੋਈ ਦਾਲ ਚੌਲ ਬਣਾ ਕੇ ਦੇਵੇ ਪਾਇਰ ਨੂੰ ਰੋਟੀ ਰੋਟੀ ਖਾਓ ਯਾਰ ਪਲੀਜ਼ ਸ਼ਾਦੀਆਂ ਕਰ ਲਓ ਅਸੀਂ ਨਹੀਂ ਕਰਨੀ ਖੁਦਾ ਦਾ ਵਾਸਤਾ ਸ਼ਾਦੀਆਂ ਕਰ ਨਹੀਂ ਅਸੀਂ ਅਸੀਂ ਨਹੀਂ ਕਰਨੀ ਸ਼ਾਦੀ ਜਾਓ ਕੰਮ ਕਰੋ ਯਾਰ ਤੁਸੀਂ ਕਰੋ ਭਾਬੀ ਵੀ ਐਂ ਤੇ ਤੁਸੀਂ ਵੀ ਐਂ ਗੱਲ ਸੁਣੋ ਕਰ ਲਓ ਸ਼ਾਦੀਆਂ ਅਸੀਂ ਨਹੀਂ ਕਰਨੀ ਓਏ ਬੱਜ ਜਾਓਗੇ ਕਰ ਲਓ ਸ਼ਾਦੀ ਤੁਸੀਂ ਨਾ ਤਮੀਜ਼ ਨਾਲ ਰਹੋ ਤੁਹਾਨੂੰ ਮੈਂ ਕਹਿ ਰਿਹਾ ਮੈਂ ਯਕੀਨ ਕਰੋ ਤੁਹਾਨੂੰ ਕਹਿੰਦਾ ਬੱਜ ਜਾਓਗੇ ਕਰ ਲਓ ਸ਼ਾਦੀਆਂ ਅਸੀਂ ਨਹੀਂ ਕਰਨਾ ਉਹ ਜਿਹੜਾ ਕਾਲਾ ਜਿਹਾ ਨਾ ਮੈਂ ਉਹ ਵੀ ਰਗੜ ਦੇਣਾ ਜੀ ਲੋ ਜੀ ਚਾਚਾ ਜੀ ਤਿਆਰੀ ਕਰ ਲਓ ਮੇਰੀ ਭੈਣ ਆ ਗਈ ਆ ਤੇ ਮੈਂ ਵੇਖਦਾ ਵਾ ਕਿਵੇਂ ਤੁਸੀਂ ਨਹੀਂ ਮੰਨਦੇ ਜੇ ਨਾ ਮੰਨੋ ਵੀ ਆਪ ਬਣਾ ਲੈ ਦੱਸੋ ਬਣਾਵਾ ਜੇ ਤੁਹਾਡੀ ਤਬੀਅਤ ਹੈ ਵਾ ਤੇ ਦੱਸੋ ਰਿਸ਼ਤਾ ਕਰਕੇ ਜਾਣਾ ਅਸੀਂ ਬੁਲਾਓ बाहर निकलो मेरे तो पहले एदा कराओ तो मेरे तो भी अगे है कोई तकलीफ होनी उधर नहीं व्याहनी मैं तुहाडे नाल व्याहनी चुम्मी मेरी बच्चिया
ਉਹ ਤੁਸੀਂ ਸਵੇਰ 5 ਵਜੇ ਲੈ ਜਾਓ ਜੀ ਬਿਲੋ ਜੀ ਸਲਾਮ ਅਲੈਕੁਮ ਬਾਸ ਸਲਾਮ ਇਹ ਮੇਰੀ ਪੈਣਾ ਜੀ ਨੇ ਮਾਸਟਰ ਕੀਤਾ ਹਾਂਜੀ ਮਾਸਟਰ ਸਾਹਿਬ ਠੀਕ ਨੇ ਉਹ ਭਾਈ ਵੇ ਡਿਗਰੀ ਹੈ ਅੱਛਾ ਡਿਗਰੀ ਹੈ ਹਾਂ ਮੈਂ ਕਿਹਾ ਕੋ ਬਗੈਰਤੀ ਹੈ ਨਹੀਂ ਨਹੀਂ ਆਪਣਾ ਛੋਟੇ हेलो जी 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 है नहीं है नहीं हो सकता है नहीं हो सकता हो गई है पिछू तार ही नहीं अभी यार पिछू तार तो लाओ ना यार इतना इधर ए लड़की कॉल की थी वो गल मत करो ना जेद नाल भी हो जाए फिर देख लो लाला तो जेद नाल भी हो जाए अच्छा चाचा जी अंडरस्टैंडिंग जे थोड़ी ज्यादा तो होवे तो फिर थोड़े पुत्र नु अपनी भैन नु कल्ले ना छड़ दईए ताकि अंडरस्टैंडिंग हो जाए तुसी भी आओ मेरे आस ते कोई जूस इंतजाम मैं तू बाद च पीनी ना आ तो सही ओए अच्छा जूस कल्ला ना पीनी मैं तन्नू पाइप देंगा ओनु मुंह ला के पीनी ठीक है ना कल्ला हेलो हेलो ਬੇਡੋਲਾ ਬੁੱਲਦੀ ਨਹੀਂ ਛੇ ਬੱਚਿਆਂ ਦੀ ਮਾਂ ਅਸਲ ਦੇ ਵਿੱਚ ਨਾ ਜੀ ਮੈਂ ਸ਼ਾਦੀ ਮੈਂ ਨਹੀਂ ਜੀ ਕਰਨੀ ਅੱਛਾ ਅਸਲ ਦੇ ਵਿੱਚ ਤੇ ਮੇਰਾ ਵੱਡਾ ਵਿਰਾ ਇੱਥੇ ਤੁਸੀਂ ਹੁਣੇ ਨਹੀਂ ਵੇਖਿਆ ਰਜਾਈਆਂ ਵਾਲੀ ਪੇਟੀ ਹਾਂਜੀ ਹਾਂਜੀ ਉਹ ਮੇਰਾ ਵੱਡਾ ਵਿਰਾ ਹੈ ਜੀ ਅੱਛਾ ਅੱਛਾ ਉਹਦੇ ਨਾਲ ਅਸੀਂ ਤੁਹਾਡੀ ਸ਼ਾਦੀ ਕਰਨਾ ਚਾਹੁੰਦੇ ਤੇ ਤੁਸੀਂ ਮਾਸ਼ਾਅੱਲਾ ਉਹਦੇ ਨਾਲ ਨਹੀਂ ਹੋਣੀ ਸ਼ਾਦੀ ਕਿਉਂ ਹਾਂਜੀ ਉਹਦਾ ਵਾਲ ਲਈ ਕਿਉਂ ਨਹੀਂ ਹੋਣੀ ਇਹ ਮਸਲਾ ਕਿਉਂ ਫਿਰ ਉਹਦੇ ਨਾਲ ਕਰ ਲਓ ਜਿਹਨੇ ਹੱਥ ਨਹੀਂ ਚੁੰਮਿਆ ਜਿਵੇਂ ਮੁਰੀਦ ਹੁੰਦਾ ਹੈ ਉਹਦੇ ਨਾਲ ਸਦਕੇ ਜਾਵਾਂ ਮੇਰਾ ਕਹਿ ਲਾ ਬਜ਼ੁਰਗ ਬਾਬੇ ਪਸੰਦ ਨੇ ਆਏ ਮੈਂ ਸਦਕੇ ਜਾਵਾਂ ਜੰਤੀ ਹੈ ਜੰਤੀ ਸ਼ਿਕਾਗੇ ਲੋਕ ਨੇ ਹੋਏ ਕਾ ਜੰਨਤ ਚ ਲੇਕਿਨ ਜੂਤ ਬਹੁਤ ਫਿਰਨਗੇ ਤੇ ਤੁਸੀਂ ਸ਼ਾਦੀ ਕਰ ਲਓ ਮੇਰੇ ਨਾਲ ਅਸਲ ਮੈਂ ਪਤਾ ਕੀ ऐसा ना करें आपकी आपकी बड़ी मेहरबानी मेरे पास पता क्या है शादी कर लो बगैर तो मेनू मरवाना जे तुहाडा खाना खराब होवे चंगे वाले शरीफ कराना जे ओ केड़े कम्मा च पै गए हो आप बैठे मैं आपको कुछ खिलाता पिलाता क्या खिलाएंगे आप खसमों को खाएंगे जो आप जो आपके ए कौन है ए जी मज लई ओदे नाल कट्टा आया जी साडे वो कहा है जो मेरा हस्बैंड होगा ओ मेरा दस ए रखे है उन्हें ओदा नौकर है ओदा नौकर है समझो गल तू एक तो गल नहीं समझ देना तू सारे सारे कुड़ियां अपने ना भाई है ना ਅਸੀਂ ਇਮਰਾਨ ਖਾਨ ਦੇ ਬੰਦੇ ਆ ਭਾਈ ਇਹ ਮੈਂ ਨਹੀਂ ਪਾ ਰਿਹਾ ਤੁਹਾਡਾ ਉਸਤਾਦ ਪਾ ਰਿਹਾ ਤੇਰੇ ਮੂੰਹ ਤੇ ਲਾਨਤ ਵੀ ਨਹੀਂ ਪਾ ਸਕਦੇ ਪਹਿਲਾਂ ਹੀ ਮੈਮਰੂ ਫੁੱਲ ਹੋਏ ਨੇ ਆ ਤੇਰਾ ਦੋਰ ਫਿਟੇ ਮੂੰਹ ਕਵਾਲ ਜਿਹਾ ਆ ਬੈਠੇ ਥੋੜਾ ਤੇ ਸੀ ਰੱਖੀ ਜੀ ਘੁੱਟ ਨਾ ਇਹਨੂੰ ਕਹੇ ਬੀ ਘਰ ਤੋਂ ਤੇ ਸੀ ਘਰ ਇਹਨਾਂ ਵਾਸਤੇ ਥੋੜ ਜਾ ਹੋਰ ਜਾ ਹੋਰ ਜਾ ਇਹ ਤਾਂ ਕੰਮ ਹੋਰ ਹੀ ਸੋਹਣਾ ਇਹ ਤਾਂ ਉਤਲੀ ਬਿਲਡਿੰਗ 'ਚ ਘਰ ਲੈਣਾ ਪੈਣਾ ਸੋਹਣਾ ਇਹਦੀ ਪਹਿਲੇ ਹੀ ਬੈਟਰੀ ਫੁੱਲੀ ਪਈ ਹੈ ਅੱਛਾ ਆਪਕੀ ਪਹਿਲੇ ਸ਼ਾਦੀ ਨਹੀਂ ਹੋਈ नहीं तो ये स्वेलिंग हुई है ये आप कितने सेहत की हुए कि ये खलारा किस बात का है या आप पंजाब में रहने वाली इसलिए थोड़ी चट्टी टाइप यस ओ वेरी नाइस ये मैं भी ये बहुत आपने अच्छा किया हां जी ये मैं ये वो नहीं होता ओ कड़ा होता अपना दूध मखना दी परी ओ तो मैं जिक्र ही नहीं कर रहा हां मैं ओ आंदा पिया ओ जड़ा आजकल वीडियो नहीं है बढ़िया टिकटॉक हां जी हां जी इतने इतने उन्नत लाख अच्छा मैंने यकीन कर मजा ही नहीं आता रन होवे इतना हार ही होवे ਆ ਬੰਦੇ ਦੀ ਨਾੜ ਤੇ ਨਾੜ ਨਾ ਚੜਦੇ ਉਹ ਕਦੀ ਰਾਨੇ ਹੈ ਜਿਹੜਾ ਸਿਹਤਮੰਦ ਹੋਣੀ ਚਾਹੀਦੀ ਹਾਂ ਬਿਲਕੁਲ ਠੀਕ ਹੈ ਨਾ ਤੇ ਲੇਕਿਨ ਪਸੰਦ ਮੈਂ ਨਹੀਂ ਕਰਾਂਗਾ ਤੁਹਾਨੂੰ ਕਿਉਂਕਿ ਮੇਰਾ ਭਾਈ ਜਿਹੜੇ ਨੇ ਨਾ ਉਹ ਤੁਹਾਨੂੰ ਕਰਨਗੇ ਸ਼ਾਦੀ ਮੈਂ ਨੇ ਸੋਰੀ ਮੇਰੇ ਲਈ ਐਗਜ਼ਾਮ ਹੋ ਰਹੇ ਨੇ ਮੈਂ ਠਲਕਾਲੋ ਜੀ ਕਰ ਰਿਹਾ ਨਾ ਜੀ 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 ਇਸ ਲਈ ਨਾਲੇ ਵੈਸੇ ਵੀ ਤੁਸੀਂ ਨਾ ਮੈਂ ਮਸਕੀਨ ਹਾਂ ਜੀ ਮੈਂ ਸਦਕੀ ਮੰਨ ਜੋ ਨਾ अच्छा हम तुम मैं आशक नहीं है अबू लग रहे हो इजी बैठा कहना कोई गल नहीं अमरासी जी ने पिछले लै जानी इजी रहे बहुत अच्छे जावा गुला तो फ्रूट लाए फिर आए समझ आई ना वेख तो सही कोई ऐसी गल नहीं रोटी बाद लोग ही खानी मैं तो फौत हो जाना है
ਮੈਨੂੰ ਰੋਟੀ ਦਾ ਕੀ ਫਾਇਦਾ ਹੋਣਾ ਜੀ ਮੈਂ ਆਪਕੋ ਕੋਈ ਮਰਦ ਸਾ ਲੜਕਾ ਦੇਤਾ ਹੂੰ ਇਹਦਾ ਮਤਲਬ ਤੁਸੀਂ ਮਰਦ ਨਹੀਂ ਨਹੀਂ ਮਰਦ ਮੈਂ ਹਾਂ ਲੇਕਿਨ ਮੈਂ ਮਰਦ ਟਾਂਗੇ ਵਾਲਾ ਨਹੀਂ ਸੀ ਕਿਉਂਕਿ ਜ਼ਿਆਦਾ ਮੈਂ ਜਿਹੜਾ ਨਾ ਉਹ ਦਾੜੀ ਆਦਮੀ ਖਾਸ ਆਪ ਸਮਝਿਆ ਕਰ ਆਪਣਾ ਬਾਈਜਾਨ ਅਭੀ ਉਹ ਆਤੇ ਅਭੀ ਆਤੇ ਹੈ ਆਪਨੇ ਕੁਛ ਖਾਣਾ ਪੀਣਾ ਦੇ ਪੈਸੇ ਮਿਲੇ ਆ ਤਾਂ ਅੱਛਾ ਚਲੋ ਮੈਂ ਅੰਦਰ ਚ ਖਿਲਾ ਦਿੰਦਾ ਹੈ ਹਾਂ ਆਪ ਹੀ ਆਪਨੇ ਵੀ ਅੰਦਰ ਆਣਾ ਹੈ ਅੱਛਾ ਜੀ ਚਲ ਆ ਜਾ ਕਿਧਰ ਕਿਧਰ ਆ ਜਾ ਸਾਡੇ ਕੋਲ ਤੇ ਏਡਾ ਵੱਡਾ ਬੈੱਡ ਵੀ ਕੋਈ ਚੱਲੇ ਆਪ ਥੋੜਾ ਸਾ ਰੱਖੇ ਤੋਬਾ ਓ ਤੂੰ ਡਰ ਜਾਣਾ ਤੈਨੂੰ ਮਸਲਾ ਕੀ ਹੈ ਵੱਡਾ ਡਾਂਸ बात ये है कि पहन लेके आया हूँ अल्लाह ने बड़ी देर चुक लेने वाला नहीं हाथ पैर ਇਹਦਾ ਸਿਰ ਇਹਦੇ ਨਹੀਂ ਦਹੀਂ ਕਟਿਆ ਹੁੰਦਾ ਮੈਂ ਸਿਰਫ ਮਾਰ ਕੁੱਟ ਇਸ ਲਈ ਨਹੀਂ ਕਰਦਾ ਕਿਉਂ ਇੱਥੇ ਹਿੰਦੂ ਮੁਸਲਮ ਫਸਾਦ ਨਾ ਸ਼ੁਰੂ ਹੋ ਜਾਵੇ ਮਾਸ਼ਾਅੱਲਾ ਤੁਸੀਂ ਇੰਨਾ ਰੁਪਈਆ ਕਮਾ ਰਹੇ ਥੋੜੇ ਭੈਣ ਦੀ ਗੱਲ ਕਰ ਭੈਣ ਦੀ ਗੱਲ ਕਰ ਤੂੰ ਮਸ਼ਵਰੇ ਨਾ ਦੇ ਚੱਲ ਔਰ ਹੀ ਹੁਣ ਲੈ ਆ ਜਾਵਾ ਇਹ ਮੇਰੀ ਭੈਣ ਹੈ ਜੀ ਅਸਲਾਮ ਅਲੈਕੁਮ ਜਾ ਤੇਰੀ ਭੈਣ ਨੂੰ ਓਏ ਓਏ ਆ ਕੱਲ ਮੈਂ ਨਾ ਬਰਗਰ ਖਾਣ ਗਈ ਸੀ ਭੈਣ समझ ही कोई नहीं थले बनैन तेरी पाई फिर ਸੌਰੀ ਭਾਈ ਯਾਰ ਇਹ ਮੇਰੀ ਭੈਣ ਦੀ ਮਿਸਟੇਕ ਆ ਇਸ ਲਈ ਮੈਂ ਮਾਫੀ ਚਾਹਨਾ ਜੀ ਲਾ ਦੇ ਓਏ ਨਵੀਂ ਪਾ ਗਿਆ ਪਾਗਲ ਹੋ ਗਈ ਜੀ ਭਰਾਵਾ ਹਾਂਜੀ ਆਖਰ ਆਈ ਪਈ ਐ ਆਖਰ ਤੇ ਤੈਨੂੰ ਭਾਈ ਪਹਿਲਾਂ ਆਪਣੀ ਸੀਟ ਤੇ ਲੱਭ ਲੈ ਆਉਂਦੇ ਮੇਰੀ ਭੈਣ ਕਿਹੜਾ ਲੱਭ ਲਿਆ ਪਹਿਲਾਂ ਬੈਠ ਜਾ ਪਹਿਲੇ ਤੇ ਭੈਣ ਨੂੰ ਲੱਭ ਜਾ ਲੱਭ ਜਾ ਜਿਹੜਾ ਸੀਟ ਲੱਭ ਜਾ ਮੈਂ ਇਹ ਕਹਿ ਰਿਹਾ ਅਗਰ ਬੱਚੇ ਨੂੰ ਭੇਜ ਕੇ ਮੇਰੇ ਵਾਸਤੇ ਕੋਈ ਚਾਹ ਸ਼ਾਇ ਕੋਈ ਚਾਹ ਸ਼ਾਇ ਇਹਦਾ ਇਹਨੂੰ ਚਾਹ ਪੀਣੇ ਦਾ ਮੂੰਹ ਛਿੱਤਰ ਖਾਣ ਵਾਲਾ ਅਗਰ ਕੋਈ ਪਈ ਹੈ ਥੋੜੀ ਬਹੁਤ ਤਾਂ ਦੇ ਮੈਂ ਕਿਸੇ ਕੋ ਚੁੱਕ ਕੇ ਲਿਆ ਕੇ ਦੇ ਸਕਦਾ ਦੋ ਤਿੰਨ ਕੱਪਾਂ ਜੋ ਇਕੱਠੀ ਕਰਕੇ ਲਿਆ ਦੇਖੋ ਜੀ ਮੇਰੀ ਭੈਣ ਹੈ ਨੌਕਰ ਸੀ ਜੀ ਲੋ ਬੜਾ ਬਦਤਮੀਜ਼ ਨੌਕਰ ਹੈ ਤੁਹਾਡਾ ਜੀ ਜੀ ਹਾਂਜੀ ਬਾਕੀ ਤੁਸੀਂ ਸੋਹਣੇ ਹੋ ਮਾਸ਼ਾਅੱਲਾ ਜੀ ਤੁਸੀਂ ਸੋਹਣੇ ਹੋ ਨਹੀਂ ਨਹੀਂ ਇਹਨਾਂ ਦੇ ਬੱਚੇ ਨੇ ਭਾਈ ਨੇ ਛੋਟੇ ਭਾਈ ਨੇ ਹਾਂਜੀ ਹਾਂਜੀ ਭਾਈ ਮੈਂ ਤਾਂ ਕਰ ਵੀ ਨਹੀਂ ਸਕਦਾ ਇਹਦੇ ਨਾਲ ਕਿਉਂ ਇਹਦੇ ਨਾਲ ਮੈਂ ਸ਼ਾਦੀ ਕਰ ਲਈ ਅਗਲੇ ਦਿਨ ਅਖਬਾਰ 'ਚ ਖਬਰ ਆ ਜਾਣੀ ਕੀ ਦੁਲਹਨ ਮਲਬੇ ਤਲੇ ਆ ਕੇ ਜਾਂਦਾ ਹਾਂ ਮੈਂ ਛੋਟੇ ਭਾਈਆਂ ਦੀ ਸ਼ਾਦੀ ਕਰ ਰਿਹਾ ਮੈਂ ਸੱਜ ਸ਼ਾਦੀ ਨਹੀਂ ਆਪਣੀ ਨਹੀਂ ਕਰ ਅੱਛਾ ਜੀ ਕਿਉਂ ਤੁਸੀਂ ਕਿਉਂ ਨਹੀਂ ਕਰਨੀ ਬਾ ਕੋ ਫਨੀ ਖਰਾਬੀ ਹੈ ਬੱਚਿਆਂ ਦੀ ਕਰਨੀ ਛੋਟੇ ਭਾਈ ਨੇ ਮੇਰੇ ਉਹਨਾਂ ਤੇ ਬੁਲਾਓ ਨਾ ਤੇ ਉਰੇ ਆਓ ਨਾ ਜਰਾ ਜੀ ਜੀ ਉਹਨਾਂ ਨੂੰ ਟਾਈਮ ਦਈਏ ਫਿਰ ਅਸੀਂ ਐਵੇਂ ਟਾਈਮ ਦਈਏ ਉਹਨਾਂ ਬੱਚਿਆਂ ਨੂੰ ਹਾਂ ਇਮਾਨ ਨਾਲ ਟਾਈਮ ਦੇਣਾ ਪੈਣਾ ਇਹ ਆਓ ਕਿਸੇ ਨੂੰ ਭੇਜੋ ਤੇ ਸਹੀ ਜੀ ਫਰਮਾਈਏ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਮੈਂ ਹੱਥ ਨਹੀਂ ਮਿਲਾਤਾ ਕਿਉਂ ਕਰੋਨਾ ਨਹੀਂ ਲੜਕੀਆਂ ਸੇ ਮੈਂ ਹੱਥ ਨਹੀਂ ਮਿਲਾਤਾ ਕਿਉਂ ਨਹੀਂ ਮਿਲਾਤੇ ਮੈਨੂੰ ਮਨਾ ਕੀਤਾ ਗਿਆ ਹੈ ਕਿਸ ਨੇ ਮਨਾ ਕੀਤਾ ਹੈ ਬਸ ਲੜਕੀਆਂ ਸੇ ਹੱਥ ਨਹੀਂ ਮਿਲਾਤੇ ਗੁਨਾਹ ਹੁੰਦਾ ਹੈ ਅਰੇ ਬਾਬਾ ਬੰਦਾ ਬੰਦੇ ਸੇ ਮਿਲਾਤਾ ਹੈ ਅੱਛਾ ਇਹੋ ਜਿਹਾ ਕੋਈ ਕੰਮ ਨਾ ਕਰਨਾ ਮੋਟਰ ਖਰਾਬ ਹੈ ਸੁਣ ਲਿਆ ਆਪਨੇ ਮੋਟਰ ਖਰਾਬ ਹੈ ਹਾਂ ਜੀ ਮੈਂ ਸੁਣ ਲਿਆ ਅੱਛਾ ਬਾਹਰ ਸੁਣੇ ਨਾ ਜੀ ਸੁਣਾਏ ਮੈਂ ਆਪਕੋ ਕੈਸੀ ਲੱਗ ਰਹੀ ਹਾਂ ਅੱਛੀ ਲੱਗ ਰਹੀ ਹੈ ਤੂੰ ਮੇਰੇ ਨਾਲ ਦੇਖੋ ਤਾਂ ਸਹੀ ਨਹੀਂ ਫਿਰ ਦਿਲ ਖਰਾਬ ਹੁੰਦਾ ਹੈ फिर दिल करता है क्या करता है ऊपर से जिस तरह की सर्दी जा रही है ज्यादा करता है बंदे ने मूंगफली खाई हो ना तो फिर बंदे का घबराहट होती है अच्छा मेरी बात सुने हाँ जी आप कभी मूवी देखने गए मूवी की फिल्म हाँ देखने गया मैं देखा देखी मूवी आपने हाँ उसमें देखा जब लड़का लड़की प्यार करते
ਲੋਕੀ ਬੜੀਆਂ ਸੀਟੀਆਂ ਮਾਰਦੇ ਕਿਵੇਂ ਕਰਦੇ ਨਹੀਂ ਉਹ ਕਰਨ ਨਹੀਂ ਦਿੰਦੇ ਨਾ ਆ ਕੁੜੀ ਮੁੰਡਾ ਨੇੜੇ ਹੁੰਦੇ ਤੇ ਇਹ ਕਰਕੇ ਕਲਾਕ ਤੇ ਕੈਮਰਾ ਲਾ ਜਾਂਦੇ ਫਿਰ ਜਾਂ ਕਿਰਲੀ ਨੂੰ ਇਹੀ ਕਰਦੇ ਆ ਵਿਖਾ ਦਿੰਦੇ ਨੇ ਅਸਲ ਕੰਮ ਤੇ ਵਿਖਾਉਂਦੇ ਹੀ ਨਹੀਂ ਉਹ ਅੰਗਰੇਜ਼ ਠੀਕ ਨੇ ਸਾਲੇ ਅੱਛਾ ਉਹ ਸ਼ੁਰੂ ਐਂਡ ਤੋਂ ਹੁੰਦੇ ਨੇ ਅੱਛਾ ਬਾਤ ਸੁਣੇ ਨਾ ਹਾਂ ਇੱਕ ਬਾਤ ਦਾ ਜਵਾਬ ਦੇ ਜੀ ਪੁੱਛੇ ਅਗਰ ਆਪ ਇੱਕ ਲੌਂਗ ਡਰਾਈਵ ਤੇ ਜਾਏ ਇੱਕ ਖੂਬਸੂਰਤ ਲੜਕੀ ਕੇ ਸਾਥ ਮੇਰਾ ਦਿਮਾਗ ਖਰਾਬ ਹੈ ਕਿਉਂ ਮੈਂ ਲੌਂਗ ਡਰਾਈਵ ਤੇ ਮੈਂ ਡਰਾਈਵਰ ਹਾਂ ਨਹੀਂ ਲੜਕੀ ਡਰਾਈਵ ਕਰੇਗੀ ਲੜਕੀ ਡਰਾਈਵ ਕਰੇਗੀ ਮੈਂ ਨਾਲ ਬੈਠਾਂਗਾ ਹਾਂ ਬਗੈਰਤ ਨਹੀਂ ਲੱਗਾਂਗਾ ਕੁੜੀ ਗੱਡੀ ਚਲਾ ਰਹੀ ਹੈ ਮੈਂ ਨਾਲ ਬੈਠਾ ਹਾਂ ਲੋਕੀ ਵੇਖ ਕੇ ਕੰਜਰਾ ਆਪ ਚਲਾ ਕਿੰਨੀਆਂ ਭੈੜੀਆਂ ਗੱਲਾਂ ਕਰਦੇ ਨੇ ਲੋਕ ਅੱਛਾ ਮੇਰੀ ਬਾਤ ਸੁਣ ਹਾਂ ਵੈਸੇ ਇੱਕ ਬਾਤ ਤੋਂ ਬਤਾ ਹਾਂਜੀ ਨਾ ਕਰੋ ਟੱਚ ਕਿਉਂ ਬੰਦਾ ਕਿੰਨੀ ਦੇਰ ਨਾ ਕਰੇਗਾ ਸਾਡੇ ਕੋਲ ਹੀਰੋ ਬਿਠਾ ਕੇ ਕਹਿੰਦੀ ਮੇਰੇ ਪਾਸ ਆਓ ਅੱਛਾ ਮੈਂ ਚਲਾ ਗਿਆ ਫਿਰ ਕਹਿੰਦੀ ਔਰ ਪਾਸ ਆਓ ਫਿਰ ਮੈਂ ਹੋਰ ਹੋ ਗਿਆ ਫਿਰ ਮੈਂ ਹੋਰ ਚਲਾ ਗਿਆ ਫਿਰ ਕਹਿੰਦੀ ਕੋਈ ਗਲਤੀ ਹਰਕਤ ਕਰੋ ਫਿਰ ਮੈਂ ਉਹਦੇ ਪੈਸੇ ਕੱਢ ਕੇ ਦੌੜ ਗਿਆ ਅੱਛਾ ਇੱਕ ਸਵਾਲ ਦਾ ਜਵਾਬ ਦਿਓ ਹਾਂਜੀ ਅਗਰ ਆਪਕੋ ਮੌਕਾ ਮਿਲੇ ਕਿ ਇੱਕ ਖੂਬਸੂਰਤ ਸਾ ਕਮਰਾ ਹੋ ਇੱਕ ਖੂਬਸੂਰਤ ਸੀ ਲੜਕੀ ਹੋ ਅੱਛਾ ਔਰ ਆਪ ਦੋਨੋਂ ਅਕੇਲੇ ਹੋ ਹਾਂ ਤਾਂ ਆਪ ਕੀ ਕਰੋਗੇ ਜਸੂ ਬੰਜੂ ਖੇਡਾਂਗੇ ਓਏ ਮਸ਼ਹੂਰ ਕੀ ਲੜਕਾ ਹੂੰ ਖਬਰਦਾਰ ਅਗਰ ਮੇਰੀ ਇੱਜ਼ਤ ਪੇ ਹਾਥ ਡਾਲਾ ਤੋ ਮੈਂ ਪਰਚਾ ਕਰਵਾ ਦੂੰਗਾ ਯਹਾਂ ਸੇ ਚਰਰ ਕਰਕੇ ਬਾਜ਼ੂ ਫਾੜ ਕੇ ਯਾਰ ਇਹ ਕੈਸੀ ਬਾਤਾਂ ਕਰ ਰਹੇ ਹੋ ਆਪ ਹਮ ਵੋ ਵਾਲੇ ਲੜਕੇ ਨਹੀਂ ਹੈ ਜੋ ਲੜਕੀ ਕੋ ਦੇਖ ਕੇ ਕੁੱਤੇ ਹੋ ਜਾਂਦੇ ਹਨ ਹਮ ਲੜਕੀ ਕੋ ਦੇਖ ਕੇ ਬਿੱਲੀਆਂ ਹੋ ਜਾਂਦੇ ਹਨ ਹਮ ਮਿਓ ਮਿਓ ਵਾਲੇ ਬੱਚੇ ਹਨ ਅਰੇ ਬਾਬਾ ਸ਼ਾਦੀ ਤਾਂ ਕਰਨੀ ਹੈ ਨਾ ਇੱਕ ਦਿਨ ਨਹੀਂ ਕਰਨੀ ਸ਼ਾਦੀ ਹਮਨੇ ਸ਼ਾਦੀ ਜੋ ਹੈ ਨਾ ਇਹ ਸਹੀ ਬੇਸ਼ੱਕ ਤੂੰ ਡਾਇਰੈਕਟਰ ਆ ਇੰਨਾ ਟਾਈਮ ਨਾ ਲੈ ਅੰਦਰ ਆ आप अंदर आ जाए आपको मैं चाय पिलाता हूँ नहीं मैं अगर अंदर आऊंगी तो फिर मेरे से वादा करो मुझसे शादी करो शादी वाले काम मैंने करने नहीं मैं तो अपने बच्चे मना कर देना पुत्र ब्याह ना करना क्यों ब्याह मेरा बंदे का टेंशन वाला काम है बंदे का दिमाग खराब हो जाता औरत जो बंद टेंशन देंदिया ने बंद के शक कर दिए ने बंद का दिमाग खराब कर देंगे ने शक तो शक कर दिए ने बंदा सच भी दस फिर भी शक कर दिए ने तो बच्चों को भी तभी समझाओगे जब खुद शादी करोगे नहीं मैं शादी तो बगैर बच्चे जमने नहीं ਅੱਲਾ ਹੀ ਰਹਿਮ ਕਰੇ ਬੱਚੇ ਤੇ ਬੱਚੇ ਹੀ ਹੁੰਦੇ ਨੇ ਬੱਚਿਆਂ ਨੂੰ ਮਨਾ ਕਰ ਸਕਦਾ ਬੱਚੇ ਗੈਸ ਹਕੂਮਤ ਨਹੀਂ ਰੋਕ ਸਕਦੀ ਇਹਨਾਂ ਨੇ ਇਦਾਂ ਨਹੀਂ ਮੰਨਣਾ ਮੇਰਾ ਇੱਕ ਪੀਰ ਵਾਕਫ ਉਹਨੂੰ ਬੁਲਾਉਣਾ ਬਾਬਾ ਜੀ ਬਾਬਾ ਜੀ ਕਿੱਥੇ ਰਹਿ ਗਏ ਹੋ ਬਾਬਾ ਜੀ ਓਏ ਓ ਨਾ ਭਰਾ ਹਾਂ ਜੀ ਇਧਰ ਆ ਤੈਨੂੰ ਹੇ ਤੱਕ ਇੰਟਰੀਆਂ ਦਾ ਨਹੀਂ ਪਤਾ ਲੱਗਾ ਆ ਤੁਹਾਡੇ ਭਰਾਵਾਂ ਨੇ ਇਦਾਂ ਨਹੀਂ ਮੰਨਣਾ ਮੈਂ ਇਹਨਾਂ ਵਾਸਤੇ ਇੱਕ ਪੀਰ ਬੁਲਾਇਆ ਬੰਦਾ ਸੁੱਤਾ ਹੋਵੇ ਨਾ ਸਾਹਿਬ ਜੀ ਤੇਰੇ ਨਾਲ ਏਦਾਂ ਲੱਗਦਾ ਜਿਵੇਂ ਮਹਿੰਦੀ ਦਾ ਸਟੇਜ ਲੱਗਾ ਕਿਸੇ ਹੁਣ ਮੈਂ ਬਾਬਾ ਜੀ ਨੂੰ ਬੁਲਾਵਾ ਹਾਂ ਬਾਬਾ ਜੀ ਪੈਸੇ ਦਿਓ ਮੈਨੂੰ ਹੈ ਜੀ ਪੈਸੇ ਦਿਓ ਪੈਸੇ ਦਿਓ ਕਿੰਨੇ ਪੈਸੇ 200 ਰੁਪਏ ਤੁਹਾਡੇ ਵੱਲ ਉਧਰ ਦਾ ਵੀ ਲੈਂਦਾ ਸੀ ਅੱਛਾ ਜੀ ਇਹ ਲਓ ਇਹ 500 ਲਓ ਤੇ 300 ਬਾਬੇ ਨੂੰ ਦੇਣਾ ਹਾਂ ਤੇ 200 ਇਹ ਮੈਂ ਅੱਲਾ ਦੇ ਕਹਿੰਦਾ ਇਧਰੋਂ ਬਾਬਾ ਲਿਆਉਣਾ ਇਧਰ ਅੰਦਰ ਨਹੀਂ ਬੈਠਾ ਉਹ ਬਾਬਾ ਸ਼ਾਹ ਪੀ ਰਿਹਾ ਪਿੱਛੇ ਮਸਤਾ ਇਧਰੋਂ ਲਿਆ ਅੰਨੀ ਦੇ ਪਤਾ ਨਹੀਂ ਕਿੱਥੋਂ ਫੜ ਫੜ ਲਈ ਆਉਂਦੇ ਓਏ ਮੁੰਡਿਆ ਦੇਖੋ ਮੇਰੀ ਗੱਲ ਸੁਣੋ ਜੀ ਮੈਂ ਸੁੱਕ ਕੇ ਜਾਵਾਂ ਇੱਧਰ ਤੇ ਆਓ ਮੇਰੀ ਪੈਰ ਜੀ ਅਸਲਾਮ ਅਲੈਕੁਮ ਕਸ਼ਾ ਕੈਸੇ ਆਪ ਜੀ ਮੈਂ ਇਹ ਮੇਰੀ ਸਿਸਟਰ ਹੈ ਜੀ ਛੋਟੀ ਠੀਕ ਹੈ ਕੀ ਠੀਕ ਹੈ ਅੱਛੀ ਹੈ
इतना एटीट्यूड जी, ये एटीट्यूड किसको दिखा रहे हो? नहीं नहीं वैसे घबराया ना, हाथ ना ला, क्यों ना? क्यों मैंने नमाज पढ़नी होती है। देखो मेरी बात सुनो, मर्दियां सुने साडा ही बेड़ा गर्क हुंदा, असी उठ के नहीं भी एक काम ही कुत्ता सी। आप मेरी इंसल्ट कर रहे हैं जी, आप मेरी इंसल्ट कर रहे हैं। मेरे को होर हुंदा तो कुछ नहीं, इंसल्ट भी ना कर। आपने मुझसे शादी करनी है? नहीं जी, मैंने तो अपनी शादी देखा 6-7 साल हो गए। मतलब जी? मतलब मैं भी ज़हनी तौर पे मैं कर लेना भी मेरी शादी, लेकिन मैं छोटे भाइयों की करनी है। अच्छा छोटे भाई की करनी है? जी जी, शुक्र है मैं बच गई। है ना, कितनी देर? देखो मेरी बात सुनो, बहुत मासूम है। हाँ, ये? बहुत ही मासूम है मेरी सिस्टर। ये? हाँ जी बिल्कुल, मत देखे अब मासूम है या? उन्हें तो पता है। तू कह रही मासूम है, वो कह रही है या? या का मतलब क्या होता है पता? साढ़े जी तो वही होता। देखिए वो या का मतलब होता है यस। हाँ। ये यस। हाँ। यस। हाँ। अच्छी थोड़ी पहले शादी नहीं हुई? आपको लगता है मेरी शादी हुई है? झूठ ना बोल, अल्लाह ने भी मुंह दिखाना है। हल्की जी कितने हुई हो? मेरी सिस्टर अनटच 0 मीटर है। यस। ये किसी ने मीटर रिवर्स करके चलाया है। शादी बिल्कुल नहीं? नहीं। कभी अचानक? अचानक कौन सी शादी होती है? ऐसे कहीं ऐसे मतलब हल्की सी पी। बिल्कुल नहीं। अगर अपू कहीं शादी वाले घर कहीं हो, कोई काटा वाटा हो गया हो? नहीं या कहते मतलब ऐवें रश दे विच टुरे जांदे शादी नूं हाथ लग गया होवे? देखिए आपको लगता है कहीं से ये टांगे देखे? हाँ? हर चीज देखे, देखे? कहीं से लग रहा है कि शादी का कुछ जी? कुछ भी हो? नहीं नहीं वो हजे भी बहुत दूर है। उन तो शादी है उसे लिखे है भी यहाँ कभी शादी होती थी। अच्छा आप शादी के लिए? जी मैं शादी के लिए। तो आप इनकी क्यों नहीं शादी कर रहे? सिस्टर की? वो कहती है कि पहले मैं छोटी बहन की करूंगी तो फिर अपनी करूंगी। सेम मेरे वाला चक्कर। हाँ जी। पहले छोटी की करेगी फिर जी। तो कैसा खामद आपको कैसा? हैंडसम हो, स्मार्ट हो, खूबसूरत हो। कोई डिमांड आपकी? अमीर हो, 10 करोड़ रुपया बैंक बैलेंस जी। और गाड़ी हो अच्छी? और बंगला हो? और लंबा चौड़ा? चलो फिर ठीक है, एहो जिहा कोई मुंडा लभे तो मैनूं दसी, मैं भी पाण विआहुणी आ। यार सिद्धा ही करी भी 10 करोड़ रुपया बंगला कार देने वाले अल्लाह नूं तुसीं जान देनी है। हाँ। जड़ा रुपया 35-40 बनता लवो ते ठा फा करो है ना? अच्छा जी भाई। ओह माय गॉड। हेलो। हाय। हाउ आर यू? फाइन। आर यू फाइन? ये हेलो, ये आपके पीछे साया है? नहीं ये मैंने रखा हुआ है, पल गया है। पल गया है? साया है। हेलो, ओरिजिनल तेरा खामत ये आया है। हेलो हेलो
खामोश खामोश जी भाई, ये तुम्हारे वाली है? इससे जरा मेरे वाली कौन सी बात? ये उर्ली। हेलो हाय। ये उर्ली इसकी है? जी जी। परली नाल ने गरीबी देनी क्या? क्या सिस्टम कोई जोड़वा यार, तू अपनी नाल भुगत गया ना? तू बकवास क्यों कर रहा है? की तकलीफ सी इथे आउन दी? ਉਹਨ ਗੱਲ ਕਰਨ ਦਿਆ ਤੇਰਾ ਉਹਨੇ ਮੈਨੂੰ ਕਿਹਾ ਔਰ ਦਬਾ ਯਾਰ ਤੂੰ ਆਪ ਹੀ ਮੈਨੂੰ ਸ਼ੜਪ ਕੁੱਤਾ ਆਇਆ ਬਕਵਾਸ ਕਰ ਰਿਹਾ ਕੋ ਸ਼ੜਪ ਛੋਟਾ ਭਰਾ ਨਾਲ ਜੀ ਤੈਨੂੰ ਕਹਿ ਰਿਹਾ ਓਕੇ ਹੈਲੋ ਮੈਂ ਆਪਕੋ ਪਸੰਦ ਹੂੰ ਆਪ ਬਹੁਤ ਪਿਆਰੀ ਹੈ ਥੈਂਕ ਯੂ ਲੇਕਿਨ ਕੀ ਸਾਡੇ ਕੋਲ ਹੋਣਾ ਕੁਝ ਸਾਡੇ ਮਾਮਲਾਤ ਬਹੁਤ ਖਰਾਬ ਹੋ ਗਏ ਤੇਰੇ ਵਾਸਤੇ ਫਿਰ ਕੋ ਮੁੰਡਾ ਲੱਭ ਲਈਏ ਇਹ ਬਸ ਕੀ ਯਾਰ ਵਿੱਚ बात कर लिया तो ये कौन है? ये सरगोदे का लीला आपके साथ है? सिस्टर मेरी शायद आशमी साहब। ओके ओके आपकी शादी नहीं कर रहे तो आटा यही बंदा सी ताटे से सिर्फ बंदा ऐ हम कल्ली है नू पैजी है बेवकूफा कदों तू कल्ला रहेगा पहले ब्याह करेगा तू तो सारे शर्मो शर्मी कर लेगा सारी जिंदगी तेन पता किता नहीं प्यार मोहब्बत सानू पता नहीं की हुंदा सानू की पता कुड़ी ने गल किवें करी तू ब्याह कर मैं तेन सारी जिम्मेदारी आप लेना तू इजी लै तू ब्याह कर यार तेन कोई मसला पैसे पूसे सारे मैं कला ला देंगा पैसे तो वे भरा ने लाने लेकिन अभी शादी करनी पैसे आप लाई हुए ना यार ता ही तो ब्याह का मजा आता यार पैसे आप लाओ ना तुसी तू मेरे को उधारे लाओ अच्छा तेरे को ला तेरे को है हां मेरा कर्जाई ते हो ना हल्का फुल्का काना ते रहो ना मेरा बड़ा बगैरत कि मैं आज तक शादी नहीं की थी। मैं इतनी देर शादी नहीं बगैरत तक है बगैरत काट दे बीच नहीं नहीं क्या कह दूं मैं बड़ा बड़ा बगैरत था ए बड़ा बड़ा बगैरत है ओ चलागा जिन्हें तू कह रहे हैं बराबरी का कर दूंगा मैं बहुत बड़ा बगैरत था आप नहीं ये इसकी बात है मैं नहीं हूं ना कि मैंने तू बहुत ही कैसे निखत्ती दा बच्चा है जी है मेरे मामे हैं लेकिन सुहाग रात तो पहले मैं तुम दसना चाहना खुश रहा खुश तू जरूर लेडीज़ का गाना गा रहा है
तेरे को नहीं रहनी तेरे को रहने की क्यों गल लै जा जरा ना वो अंदो रफ्तार आई गई और सारी प्रैक्टिस मैं लग रही है खर्चा करना जो बगैर पैसे घर ही सर जाता आप पागल आए पैसा बाहर लाइए चल पांच बाबे दा अंदर दा कंजर जागदा खड़ जा पिछे कर सेवा ते खा मेवा बाबा ये मेवा किथे है थोड़ा जा उत्ते आ जा इनू अपनी भैन दी खीर च पा लो जी ओ बच्चिया ओए अदब करने वाला बच्चा तू हर शहर मिल गई बाबे को पाए मामूली तो नहीं बाबे बड़े पहुंचे ने बाबे पहुंचे ने बाबे एवे नहीं बनते चिल्ले कट्टे वाण वट्टे लमकते बाबे से मणके मणके दो कर दे फिर मन्ने बाबा तेरा कमाल है बाबे बड़िया पहुंचा ले तेन ए नहीं पता इधर हो जा बचिया सब जग सुनी रहन गए बिन पूत पात बिन मगन पाट के आटा छू नहीं बाबा जी तेन नहीं दिया वो दूजा नहीं पिया पिछले बाबा इतने छड के गया दो करके गया इतना दरबार बाबा काम आया चिल्ला कटर आया बाबा जी बाबा चल अंदर मुंडे को कुछ आशा मंगा बाबा रू बाबा जी तू बाबे नु नहीं मंदा नहीं नहीं मंदा नहीं आ देख रहे हैं पानी जी जी बाबा पानी इथे पीवे कटे तेरे घर जाके फिर मन्ने बाबा तेरा कमाल है अच्छा कटे मेरे घर जाके ऐसे ने बाबे जी ते मेरी ग्राउंड दी गल हो रही ओ हो बाबा जी जेडी गल वास्ते है ओ करो दसो ऑर्डर लाओ बच्चिया बाबा जी को ऐसा कोई दम दरूद करो हट जा मेरे जेडे छोटे भरा ना हां हट
ਮੋਕਲਾ ਸਬਜੈਕਟ ਸੁਣੀ ਰਹਿਣ ਗਿਆ ਮੈਨੂੰ ਪੂਤ ਪਾਤ ਮੈਨੂੰ ਮਗਨ ਪਾਟ ਕੇ ਆਟਾ ਗੁੰਨੀ ਛੂ ਚੱਲ ਤੂੰ ਤੇ ਜਗ੍ਹਾ ਤੇ ਵੇਖਿਆ ਕਰੋ ਬਾਬਾ ਆਇਆ ਬਾਹਰ ਨਿਕਲ ਗਿਆ ਅੱਛਾ ਤੂੰ ਬਚਿਆ ਫਿਕਰ ਨਾ ਕਰ ਤੇਰੇ ਘਰ ਤੇ ਅਮਲ ਹੋਇਆ ਤੁਹਾਡੇ ਸਾਰਿਆਂ ਦੇ ਵਿਆਹ ਬਜੇ ਗਏ ਅੱਛਾ ਜੀ ਵਿਆਹ ਬਜ ਗਏ ਨੇ ਵਿਆਹ ਖੋਲਣੇ ਪੈਣੇ ਨੇ ਤੁਹਾਡੇ ਹਟ ਜਾ ਬਾਬਾ ਇਹ ਤੂੰ ਘੰਟਾ ਮੋਕਲਾਂ ਨੂੰ ਘਰ ਹੀ ਦੇ ਦਿੰਦਾ ਉਹ ਕਾਕਾ ਤੈਨੂੰ ਨਹੀਂ ਪਤਾ ਇਹ ਮੋਕਲ ਨਾਲ ਰਹਿਣੇ ਪੈਂਦੇ ਨੇ ਅਮਲ ਕਰਨੇ ਪੈਂਦੇ ਨੇ ਫੇਰ ਸ਼ਮੀਜ਼ਾਂ ਮੰਗਾ ਲਾ ਇਹ ਅਮਲ ਕਰਨਾ ਪੈਣਾ ਤੇ ਗੱਲ ਕਰਨਾ ਹੈ ਇਹ ਚੀਜ਼ਾਂ ਤੈਨੂੰ ਘਰ ਚਾਹੀਦੀਆਂ ਤੂੰ ਬਾਬਿਆਂ ਨੂੰ ਲੈ ਰਿਹਾ ਈਜ਼ੀ ਲੈ ਰਿਹਾ ਤੂੰ ਬਾਬਿਆਂ ਨੂੰ ਉਹ ਮੁੰਡਿਓ ਦੰਦੀ ਨਾ ਮਾਰ ਦੀ ਕਾਕਾ ਹੱਟ ਜਾ ਮੁੜ ਜਾਓ ਮੁੜ ਜਾਓ ਇਧਰ ਆ ਗਈ ਫੜੀ ਬਾਬਾ ਫੜੀ ਇਹ ਕਹੋਗਾ ਜੀ ਇਹ ਬਾਬਾ ਜੀ ਨੇ ਬਸ ਚੁੱਪ ਦੜ ਵੜ ਜਾਓ ਬਾਬਾ ਜੀ ਕੋਈ ਐਸਾ ਤਵੀਜ਼ ਦਿਓ ਕਿ ਮੇਰੀ ਭੈਣ ਦਾ ਵਿਆਹ ਇਸ ਘਰ 'ਚ ਹੋ ਜਾਵੇ ਤਾਂ ਮੁੰਡਾ ਮੰਨ ਜਾਏ ਭੈਣ ਕਿੱਥੇ ਤੇਰੀ ਇਸ ਘਰ 'ਚ ਗਿਰਨ ਦਈਏ ਬੁਲਾਓ ਨਾ ਉਹਨੂੰ ਆਪਣੀ ਭੈਣ ਨੂੰ ਬਾਬਾ ਜੀ ਪਹਿਲਾਂ ਮੇਰੀ ਭੈਣ ਦਾ ਵਿਆਹ ਹੋਣਾ ਚਾਹੀਦਾ ਇੱਥੇ ਤੇਰੀ ਭੈਣ ਕਿੱਥੇ ਆ ਮੇਰੀ ਭੈਣ ਵੀ ਅਸੀਂ ਘਰ 'ਚ ਬਾਬਾ ਜੀ ਤੁਸੀਂ ਇੱਥੇ ਕੀ ਕਰਨ ਦਿਓ ਭੈਣਾਂ ਕਿਹੜੇ ਕਮਰੇ 'ਚ ਆ ਓਏ ਬਾਬਾ ਜੀ ਅੰਦਰ ਲੰਬੇ ਬੈਠੀਆਂ ਨੇ ਬਾਬਾ ਉੱਥੇ ਹੀ ਜਾਂਦਾ ਫਿਰ ਓਹੋ ਉੱਥੇ ਵੀ ਜਾਂਦਾ ਘੇਰਦੇ ਨਾ ਬਾਬੇ ਨੂੰ ਬਾਬਾ ਇੱਥੇ ਹੀ ਬੁਲਾ ਲਾ ਇੱਥੇ ਬਾਬਾ ਜੀ ਇਹ ਕੁੜੀ ਕੌਣ ਹੈ ਦੇਖੋ ਮੇਰੀ ਸਿਸਟਰ ਦੀ ਇੱਥੇ ਸ਼ਾਦੀ ਹੋਈ ਸੀ ਓਏ ਹੋਏ 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 ਇਹ ਕੁੜੀ ਤੇ ਬੜੇ ਅਮਲ ਹੋਏ ਨੇ ਕੁੜੀ ਬਿਮਾਰ ਆ ਆਹੋ ਕੁੜੀ ਜੀ ਬਿਮਾਰ ਹੈ ਖਜੇ ਖਾ ਬਾ ਤੂੰ ਬਿਮਾਰ ਹੈ ਮੈਂ ਸਹੀ ਹਾਂ ਤੂੰ ਨਹੀਂ ਸਹੀ ਬਾਬਿਆਂ ਨਾਲ ਝੂਠ ਬੋਲਨੀ ਹੈ ਨਹੀਂ ਮੈਂ ਸਹੀ ਜਦੋਂ ਸੌਂਦੀ ਹੈ ਪੱਖਾ ਨਜ਼ਰ ਆਉਂਦਾ ਹੀ ਹਾਂ ਬਿਮਾਰ ਆ ਜਦੋਂ ਆਟਾ ਗੁੰਨੀ ਹੈ ਗੁੱਲੇ ਪੱਪੇ ਮਣੇ ਹਿਲਦੇ ਆ ਤੇ ਬਿਮਾਰ ਹੈ ਤੂੰ ਯਾਨੀ ਕਿ ਵਾਲ ਹੈ ਮੈਂ ਸਹੀ ਹਾਂ ਤੂੰ ਨਹੀਂ ਬਿਮਾਰ ਨਹੀਂ ਜਦੋਂ ਸੌਂਦੀ ਹੈ ਆਹਾ ਵੀ ਸੂਫੀ ਆਉਂਦਾ ਫੇ ਸੂਫੀ ਬਿਮਾਰ ਆ ਵਾਹ ਬਾਬਾ ਜੀ ਐ ਸੂਫੀ ਬਿਮਾਰ ਆਹਾ ਹਾ ਹਾ ਬਾਬਾ ਜੀ ਜਿਸ ਕੰਮ ਆਇਓ ਕਰ ਦਿਓ ਤੁਹਾਡੀ ਮਿਹਰ ਉਹੀ ਕੰਮ ਕਰਨ ਲੱਗਿਆ ਕੁੜੀਏ ਤੇਰੇ ਹੱਥ ਥੋੜਾ ਜਿਹਾ ਅਮਲ ਕਰਨਾ ਪੈਣਾ ਤੇਰਾ ਵਿਆਹ ਖੋਲ ਦੇਣਗੇ ਓਏ ਇਹ ਕੁੜੀ ਨਹੀਂ ਹੈ ਹਾਂ ਮੈਂ ਬਾਅਦ ਚ ਕਰਾ ਲਾਂਗਾ ਬਾਬਾ ਜੀ ਦੀ ਕੁੜੀਏ ਮੈਨੂੰ ਇਹ ਪਤਾ ਕਿ ਇਹਦਾ ਵਿਆਹ ਬੰਨਾ ਆਇਆ ਕਿਸੇ ਨੇ ਬਾਬਾ ਜੀ ਇਹ ਤੂੰ ਕਹਿੰਦਾ ਤੇਰਾ ਵਿਆਹ ਵੀ ਖੋਲੀਏ ਵਿਆਹ ਦੀ ਜਗ੍ਹਾ ਵੀ ਖੋਲ ਦੇ ਬਾਬਾ ਬਾਬਾ ਜੀ ਤੁਸੀਂ ਬੜੇ ਪਹੁੰਚੇ ਬਾਬੇ ਹੋ ਹਾਂ ਬਾਬਾ ਜੀ ਤੂੰ ਐਸਾ ਤਵੀਜ਼ ਦਿਓ ਹਾਂਜੀ ਕਿਲੇ ਚ ਖੋਤਾ ਕਰੇ ਜ਼ੋਰ ਚਾਚੇ ਦਾ ਲੱਗੇ ਚਾਚਾ ਕਹਿੰਦਾ ਬਾਬਾ ਡੰਗਰ ਡਾਕਟਰ ਨਹੀਂ ਹੈਗਾ ਆਪਣੀ ਭੈਣ ਨੂੰ ਬੁਲਾ ਭੈਣ ਨੂੰ ਬੁਲਾ ਬੇਟਾ ਜੇ ਸਿਸਟਰ ਬਾਜੀ ਬਾਜੀ ਆ ਗਈ ਮੇਰੀ ਭੈਣ ਬਾਬਾ ਜੀ ਦੇਖੋ ਇਹਦਾ ਵਿਆਹ ਹੋਣਾ ਚਾਹੀਦਾ ਬਾਬਾ ਜੀ ਇਹ ਮੇਰੀ ਭੈਣ ਹੈ ਬਾਬਾ ਜੀ ਇਹਦਾ ਵਿਆਹ ਹੋਣਾ ਚਾਹੀਦਾ ਬਸ ਇਹਦੀ ਭੈਣ ਆ ਇਹਦੇ ਤੇ ਪੰਜ ਛੇ ਮੋਕਲ ਪਹਿਲੇ ਹੀ ਆ ਓਏ ਗੱਲ ਕਿਹੜੇ ਮੋਕਲ ਯਾਰ ਆ ਕੁੜੀਏ ਤੈਨੂੰ ਕੀ ਪਰੇਸ਼ਾਨੀ ਹੈ ਬਾਬਾ ਜੀ ਮੇਰਾ ਵਿਆਹ ਹੋ ਜਾਏ ਵਿਆਹ ਹੋ ਜਾਏਗਾ ਅੱਛਾ ਜੀ ਤੇਰੇ ਪਹਿਲੇ ਵੀ ਵਿਆਹ ਹੋਏ ਨੇ ਨਹੀਂ ਹੋਏ ਨੇ ਬਾਬਿਆਂ ਨਾਲ ਝੂਠ ਬੋਲ ਰਹੀ ਹੋ ਬਾਬਿਆਂ ਨਾਲ ਝੂਠ ਨਾ ਬੋਲੋ ਸਹੀ ਨਹੀਂ ਹੋਇਆ ਬਾਬੇ ਦੀ ਆਪਣੀ ਅੰਮੀ ਨੇ ਤੈਨੂੰ ਹੋਇਆ ਬਾਬਾ ਚ ਲਾਇਆ ਉਹ ਨਹੀਂ ਯਾਰ ਮੈਂ ਨਹੀਂ ਇਹ ਕੰਮ ਹੈ ਜੋ ਨਾ ਤੂੰ ਬਾਬੇ ਦੀ ਮਾਂ ਭੈਣਾ ਤੈਨੂੰ ਤਾਂ ਕਰਨ ਨੇ ਤੂੰ ਬਾਬੇ ਨੂੰ ਲੈ ਰਿਹਾ ਸੀ ਨਹੀਂ ਬਾਬਾ ਲੈਂਦਾ ਸੀ ਮੈਂ ਨਹੀਂ ਇਹਦੇ ਤੇ ਡੇਲੇ ਬਾਹਰ ਆ ਜਾਂਦੇ ਨੇ ਬਾਬਾ ਹੀ ਸੀ ਲੈਂਦਾ ਹਾਂ ਇਹ ਬੱਚੀ ਵੇਖੋ ਤੇ ਗੌਰ ਕਰੋ ਤੁਹਾਡੀ ਆਪਣੀ ਇੱਕ ਵੀ ਹੈ ਜੀ ਇਹ ਮੇਰੀ ਭੈਣ ਬਲਾ ਉਹਦਾ ਚਲੋ ਚਲੋ ਸਾਰੇ ਅੰਦਰ ਚਲੋ ਉਹ ਭਾਈ ਅਸੀਂ ਰਿਸ਼ਤੇ ਕਰਾਉਣੇ ਇੱਥੇ ਤੂੰ ਚੱਲ ਲੈ ਅੰਦਰ ਇਹ ਭੈਣ ਮੇਰੀ ਇੱਥੇ ਰਵੇ ਉਹ ਭੈਣ ਤੇ ਨਹੀਂ ਇੱਥੇ ਰਸਤਾ ਲੈ ਮਹਾਸ ਤੇ ਖੜੀ ਇਹਨੂੰ ਹੱਥ ਨਹੀਂ ਲਾਉਣਾ ਸਿਰ 'ਚ ਰੱਖੀ ਤੂੰ ਕੁੜੀ ਇਹ ਕਰ ਜਾ ਕੇ ਸੌ ਅੱਛਾ ਜੀ ਤੇ ਬਾਬਾ ਤੈਨੂੰ ਉੱਥੇ ਚੈੱਕ ਕਰੇਗਾ ਆ ਕੇ ਠੀਕ ਹੈ ਮੇਰੇ ਪੀਰ ਦਾ ਮੇਲਾ ਮੇਰਾ ਆਹਾ ਹਾ ਹਾ ਅਗਰ ਆ ਕੁੜੀ ਇਹ ਕੰਨ ਪਟ ਲਓ ਬਾਬੇ ਮੁੰਡੇ ਤੇਰਾ ਦਾ ਵਿਆਹ ਹੋ ਜਾਏਗਾ ਕੀ ਬਾਬੇ ਤੇ ਬਸ ਤੇ ਫੇਰ ਤੂੰ ਐਂ ਕਰਕੇ ਚੜਾਵਾ ਚੜਾਣਾ ਇੱਕ ਵੱਡਾ ਜਿਹਾ ਬੱਕਰਾ ਠੀਕ ਹੈ ਜੀ ਠੀਕ ਹੈ ਇੱਕ ਵੱਡੀ ਦੀ ਚਾਦਰ ਠੀਕ 6 ਸੂਟ ਬੋਸਕੀ ਦੇ ਠੀਕ ਹੈ ਬਾਬਾ ਕੰਜਰਾ ਵਾਲ ਵਿਆਹ ਆ ਬਕਵਾਸ ਬੰਦ ਕਰ ਦੇ ਆਪਣੀ ਉੱਲੂ ਗੁੱਲੂ ਚੂ ਚੂ ਲੂਲੂ ਉਹ ਕੜਾ ਚੂ ਚੂ ਲੂਲੂ ਆ ਮੁੰਡਾ ਵਿੱਚ ਪੋੜਿਆ ਚਲੋ ਤੁਸੀਂ ਜਿੱਥੇ ਵੀ ਜਾ ਰਹੇ ਹੋ
ਸਭ ਜੇ ਸੁਣੀ ਰਹਿਣ ਕਹਿਣੇ ਮੈਨੂੰ ਭੂਤ ਪਾਲ ਮੈਨੂੰ ਮਗਨ ਪਾਟ ਕੇ ਆਟਾ ਕੁੰਨੀ ਛੂ ਲੈ ਕਾਕਾ ਆ ਬੋਤਲ ਜੋ ਪਾਣੀ ਆ ਗਿਆ ਇਹਦੇ ਵਿੱਚ ਇਹ ਪਾਣੀ ਨੂੰ ਵਧਾ ਲੈਣਾ ਤੇ ਲੈਣਾ ਸਾਰਿਆਂ ਨੂੰ ਪਿਆ ਦੇਣਾ ਤੂੰ ਵੇਖੀ ਫਿਰ ਕਿੰਜ ਕੁੜੀਆਂ ਦੇ ਮਗਰ ਮਗਰ ਉਹਨਾਂ ਨੇ ਆਪਣੀਆਂ ਮਾਵਾਂ ਭੈਣਾਂ ਨਹੀਂ ਛੱਡਣੀਆਂ ਅੱਛਾ ਜੀ ਯਾਨੀ ਇਹ ਪੀ ਕੇ ਤੇ ਉਹ ਜਿਸ ਕੁੜੀ ਵੱਲ ਦੇਖਣਗੇ ਕੁੜੀ ਉੱਡਦੀ ਆਏਗੀ ਕੁੜੀ ਮੁਹੱਬਤ ਕਰੇਗੀ ਆਪ ਉਸ ਤੋਂ ਵੱਧ ਮੁਹੱਬਤ ਕਰਨਗੇ ਕੋਸ਼ਿਸ਼ ਕਰੀ ਘਰ 'ਚ ਮਾਂ ਭੈਣ ਹੋਵੇ ਉਹਨੂੰ ਕਿਤੇ 6 ਮਹੀਨਿਆਂ 'ਤੇ ਭੇਜਦੇ ਇਹਨਾਂ ਨੇ ਉਹਦੇ ਦੁਆਲੇ ਹੀ ਹੋ ਜਾਣਾ ਬਾਬਾ ਜੀ ਇਸ ਪਾਣੀ ਦੀ ਅਗਰ ਇਹ ਕਰਾਮਾਤ ਹੈ ਤੇ ਤੁਸੀਂ ਆਪਣੀਆਂ ਇੱਧਰ ਭੇਜ ਦਿਓ ਆਪਣੀ ਬਕਵਾਸ ਬੰਦ ਕਰ ਦੇ ਤੂੰ ਬਾਬਿਆਂ ਨੂੰ ਨਹੀਂ ਮੰਨਦਾ ਨਹੀਂ ਮੰਨਦਾ ਇਹ ਬੋਤਲ ਇੱਥੇ ਗਾਇਬ ਕਰਾਂ ਫਿਰ ਮੰਨੇ ਬਾਬਾ ਤੇਰਾ ਕਮਾਲ ਹੈ ਕਰੋ ਸਭ ਜਗ੍ਹਾ ਸੁਣੀ ਰਹਿਣ ਕਹਿਣੇ ਬਿਨ ਭੂਤ ਪਾਤ ਨਾ ਬਹਿ ਕੇ ਨਹੀਂ ਗਾਇਬ ਕਰਨੀ ਇੰਜੀ ਉੱਤੇ ਨੂੰ ਜਾਵੇ ਜਿੰਨਾ ਤੂੰ ਲੈਣਾ ਓਨਾ ਹੀ ਤੈਨੂੰ ਫਾਇਦਾ ਲੱਭਣਾ ਜਾਓ ਲਾ 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 ਲੈ ਵੀ ਕਾਕਾ ਹਾਂਜੀ ਇਹ ਪਾਣੀ ਹੁਣ ਪਿਆ ਦੇ ਮੁੰਡਿਆਂ ਨੂੰ ਅੱਛਾ ਤੇ ਮੁੰਡਿਆਂ ਸਾਡੇ ਵਾਸਤੇ ਖੁੱਲੀ ਨਹੀਂ ਪਾਦਾ ਨਹੀਂ ਪੁੱਤਰ ਇਹ ਤਾਂ ਕਾਮੜੀ ਹੈ ਮੁੰਡਿਆਂ ਨੂੰ ਇਹ ਪਾਣੀ ਪਿਆ ਦੇ ਅੱਛਾ ਤੇ ਫਿਰ ਦੇਖ ਮੁੰਡੇ ਵਿਆਹ ਕਰਕੇ ਹੁਣ ਕੀ ਕਰਨਾ ਈ ਪਾਣੀ ਪੀ ਲੋ ਕੌਣ ਠੰਡ ਚ ਮਤਲਬ ਚਪੇੜ ਮਾਰਨੀ ਪਾਣੀ ਪੀ ਲਓ ਤੁਸੀਂ ਸਾਹ ਪੀ ਲਓ ਮੈਂ ਚਾਹ ਪੀਤੀ ਪੁੱਤਰ ਮੈਂ ਪੀ ਲਓ ਉਹ ਸਰਦੀ ਵੇਖ ਕਿੰਨੀ ਹੈ ਪਾਣੀ ਭੇਜ ਜਾਂਦਾ ਸਜਦਾਈਆ ਜੇ ਕੀ ਹੋ ਰਿਹਾ ਸਾਹ ਜੀ ਪਾਣੀ ਪੀ ਲਓ ਮੈਂ ਚਾਹ ਪੀਤੀ ਇਹ ਤਾਂ ਅੱਗੇ ਉਹਨੇ ਵੀ ਪੀਤੀ ਸੀ ਕਿਹੜੇ ਪੀਤੀ ਸੀ ਹਾਂ ਭਾਈ ਨੇ ਏਡਾ ਤੈਨੂੰ ਕੱਲ ਹੀ ਆ ਗਿਆ ਆਪਣਾ ਨੌਕਰ ਚੜਿਆ ਯਾਰ ਮੈਂ ਚਾਹਨਾ ਤੁਹਾਡੀ ਖਿਦਮਤ ਕਰਾਂ ਤੂੰ ਸਾਡੀ ਖਿਦਮਤ ਰਹਿਣ ਦੇ ਏਡਾ ਤੂੰ ਖਿਦਮਤ ਵਾਲਾ ਖਾਣਾ ਕਰ ਸੜਿਆ ਦਿਲੋਂ ਕਰ ਦਿਲੋਂ ਬਗੈਰ ਸੜਿਆ ਸਪਾਈਡਰਮੈਨ ਪਹਿਲੇ ਦਿਨ ਉੱਡਿਆ ਤੇ ਚੁੱਲ੍ਹੇ ਹੀ ਡਿੱਗ ਪਿਆ ਉਹ ਨਿਧਾ ਚੌਧਰੀ ਵਾਂਗ ਮੇਰੀ ਤਣੀ ਕੱਢੀ ਗਈ ਪਾਣੀ ਪਿਆ ਰਿਹਾ ਸਾਨੂੰ ਬਗੈਰਤ ਪਿਆਸ ਨਵਾਸਾ ਇਹਨੂੰ ਕੋਈ ਮਤਲਬ ਹੋਏਗਾ ਸਾਲੇ ਨੇ ਪੈਸੇ ਮੰਗਣੇ ਹੋਣਗੇ ਸਾਨੂੰ ਮੱਛੀ ਖਵਾ ਨਾ ਫਿਰ ਅਸੀਂ ਪਾਣੀ ਪੀਂਦਾ ਚੰਗਾ ਵੀ ਲੱਗੀਏ ਸਾਦਾ ਪਾਣੀ ਪਿਆਈ ਜਾ ਅੱਲਾ ਕਰੇ ਹੁਣ ਬਗੈਰ ਪਾਣੀ ਪੀ ਲੈਣ ਉਹ ਨੌਕਰਾ ਉਹ ਕਿੱਥੇ ਚਲੇ ਗਏ ਉਹ ਕੀ ਲੈ ਕਹਿੰਦਾ ਰੌਲਾ ਪਾਇਆ ਪੀਤਾ ਉਹਨਾਂ ਨੇ ਪਾਣੀ ਪੀਤਾ ਪਾਣੀ ਨਹੀਂ ਪੀਤਾ ਉਹਨਾਂ ਨੇ ਇੱਥੇ ਹੀ ਪਿਆ ਸੀ ਕਿੱਥੇ ਇੱਥੇ ਇਹ ਮੈਂ ਉਤਲੇ ਖਾਨੇ 'ਚ ਰੱਖ ਕੇ ਗਿਆ ਸੀ ਗਲਾਸ ਨੂੰ ਲੱਤਾਂ ਲੱਗ ਗਈਆਂ ਇੱਥੇ ਕਦੇ ਨਹੀਂ ਰੱਖਿਆ ਪਾਣੀ ਯਾਰ ਮੈਨੂੰ ਕੀ ਪਤਾ ਕੌਣ ਲੈ ਗਿਆ ਕੀ ਤੇ ਤੂੰ ਮੌਲਾ ਜੱਟਾ ਬਾਬਾ ਤੇਰੀ ਭੈਣ ਨਿਕਲ ਜਾਏ ਪਾਜੀ ਉਹ ਪਾਜੀ ਕੀ ਕਰ ਰਹੇ ਹੋ ਤਿੰਨ ਚਾਰ ਵਾਰ ਤੂੰ ਕਿਹਾ ਪਾਜੀ ਨਹੀਂ ਨਹੀਂ ਮੈਂ ਕਿਸੇ ਹੋਰ ਸੈਂਸ ਨਾਲ ਕਹਿ ਰਹੀ ਹਾਂ ਤੁਹਾਨੂੰ ਕਿਸ ਸੈਂਸ ਨਾਲ ਇਹ ਤੁਸੀਂ ਕਰ ਕੀ ਰਹੇ ਹੋ ਕਰ ਕੀ ਰਹੇ ਜੀ ਆ ਬਾਬਾ ਤੇਰੀ ਭੈਣ ਤੁਸੀਂ ਅਬ ਹਮ ਕਰੇਂਗੇ ਸ਼ਾਦੀ ਆਪ ਮੁਝਸੇ ਕਰੇਂਗੇ ਜੀ ਪੱਕੀ
बात है ना जी, पक्की बात। ओके जानो, जब आप उससे शादी करेंगे ना 110% करूंगा। वैसे आपको हुआ क्या है, आप तो बड़े भाई थे ना अपने छोटे भाइयों के। किनके? छोटे भाई जो आपके। भाड़ में जाए छोटे भाई, मुझे क्या उनसे। अच्छा जानो, किधर जा रही हो? हेलो, बात तो सुनो जी। अंदरों मोटी हो गया नहीं? अब हम शादी करेंगे तुम। शादी? अब हम शादी करेंगे। अब मुझसे ज्यादा देर रहा नहीं जाता। अच्छा चलो ठीक है, मैं चाहता हूँ कि जो भी है ना ठाफा हो जाए बात। चलो ठीक है, बस तुम हो मैं। चलो ठीक है, और इस आंगन में बच्चे खेलेंगे। मैं क्या जी, किथे चले गए ने सारे? क्या हुआ माय स्वीटू, क्या हुआ? बस अब हम शादी करेंगे। जानू, मेरा जानू है, मेरा जानू। हाँ। जानू हाँ। ये क्या है? क्या हुआ? अभी तो आपने मेरे साथ गाना। कुछ भी नहीं होता, क्या हुआ? हम इनसे शादी करेंगे। तीनों अंदर बगैर थी नहीं चल गई के साडा वड्डा भरा के संडा पा लिया। जानू मेरा जानू, शादी कर रहा हूं। हाँ, मेरा भी जानू। मेरे नाल तीनों ओए तीनों लेके खलोता है बच्चियां तो भाई भेजने वाला कंटेनर है। बगैरता सड़ो सड़ो ओए एकदम ही दुख ऐसी करना पया। तुसी चलोगे एक जी? शट अप, तू तो साडे ब्याह करवे सी। कोई जा ब्याह तू, चलो यार तीन ही इधर बैठ। अप हैं तीन ही इधर जा। जा से जा, ऐसे आप बोले तबीयत खराब हो। तुम लोगों के नसीब अच्छे के ये काले पीले ये बुल्लड से। कौन काले हैं? तुम्हारे नसीबों में नहीं आए, तुम्हें खुदा ने एक हैंडसम शख्स दे दिया। ये तुम्हारे लिप्स की वजह से हम फंसते हैं। मामा लिप्स के मेरे बड़ी देर से मशहूर ना, काले पीले आ जाए। ए काला नहीं है, ऑफ ब्राउन है। ऑफ ब्राउन ए काला देख ले मेरी कछ देखो तुम पता है काले की। चल जाओ, अब शादी होगी यार, तुसी भी इना ब्याह करो। जी जी, इन्हें हल्की जी बांह छोड़ती ने ते फालज हो जाना तन्न। ये बिना शादी ना करना। क्यों? खुदा दा वास्ता सारी जिंदगी धुन ही लगती फिरेगी। ए दी के अपने नहीं नहीं, ए दी तो ए दी धुनी दा तू लाटा बंद भी करेगा तो लगेगा इथे टोया जा पिया है। जिस तरह ने खराता लै लेना थो लग समझ जाएगी। खराटा मारे जुत्ती पई वे कान च बजदी जा। अभी कई बार साडा बरा भी जुत्ती हुंदा सी। तो जब आप लोगों को कहा था शादी कर लो तब क्या मौत पड़ी? शुरू हो मामा, मैं औरतों की इज्जत करना। साबुन शैंपू नहाओ धो सो जाओ।
हां जी मौजा ने तोड़िया है जी बिल्कुल क्या बात है बहुत अच्छे ए तो डेढ़ से पावे सतापू बना लेना है अंजुआ करना बा जड़ा भी बना लेना बना दे और रख सा और बना के तेरे देखो ना बना के जड़ा भी हो ते बना हां जी ऐसे पापे ने मगरती की थी केड़ा पानी पियाता सारे भरा नु की किदा ने बस बस और फ्लोर दिया सालिया बस 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 बाबा जी मैं आपका शुक्रगुजार हूं क्या आपने मुझे बच्चियां दी तन दुआ दे जी नहीं मेनू वो पानी चाहिए जेड़ा इनु पिया है यार मेरी सुहाग नहीं चाहिए तो तन्नू की मसा ते नानू भाई जी पानी ओ भाई साडा घर खराब हो गया असि अपने भरा दे ने व्याह नहीं करदे पे कि साडे भरा ने सारी जिंदगी साडे से सब कर दी असि अदम कारोबार करदा रहया साडू पालदा रहया साडे सिर ते प्यो नहीं सी है असि इज्जत करदे सके साडा प्यो आर दा भरा सी व्याह नहीं करना ते हुन इन्हें की कीता तुहाडे नाल ओने तेरी दी अंते नु मार लई जाने यार रोई ना मैं तेरे मुंह ते ठोक देंगे रोई ना जानू कुछ नहीं ऑनलाइन चुगली है साइंस का दौर है बड़े बड़े तरीके सोचा हो मेरी गल सुनो तुम अपने भरा वास्ते सारा कुछ सोचा वन साइडेड सोचा कि पहले यदा ब्याह ऐ नहीं तुम सोचा कि उन्हें वाकई अपना प्यो बन गए थोड़ा सोचा वो थोड़ी दिनों थोड़ी शादियां करना चाहता सी देखना कहे पूरा गुच्छा लै गया पुत्र नहीं ए मेरा दोस्त है ते इन्हें मेरे ना मशवरा किया सी कि की करना मैं तुहानू राह रास्ते लियाना ते ऐसी प्लानिंग की है बच्चिए भी समझा के समझा हूं मैं थोड़े को माफी चाहना बेटा जरा एक गाना मैं तोड़ियां बेगमाना कर चुका कोई ऐसी गल ओदा चाहो तो मैं माफी दे दे जे चाहो पेमेंट ले लो कोई ऐसी गल तू पहले देख के हुन ब्याह साडा ब्याह हो जाना है हुन मुफ्त बारी मना है समझ आई ना एक एक तू कीता ना तू करना सी कर ले हुन अब कोई भाई यार आज खुशी दे मौके दे थे पवा लिए अच्छा ज्यादा पीरा दा मुंडा की बनया भाई साडीया बच्चियां दा तोडीया बच्चियां दा की बनी हो गया सारी जगह ते लग गई आ मेरे पीरे का मेला मन लट पट लो डॉक्टरवा साहब आयो मेरे पीर का मेला लट पट लो लट पट लो आओ आहा मैं दे दिया क्वाली बैठो श्री कौन चढ़ावा चढ़ा दे आओ जी बाबा जी बैठो 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 मैं सीए जल्दी करो इधर आ जाओ पट्टी साहब बोल के सिंगर पट्टी साहब पैर ते दो तीन वाली पट्टी कराई ते पट्टी हो गया आयो ਆਥੇ ਆਪਣੇ ਛੋਟੇ ਭਰਾ ਇਧਰ ਆ ਇਧਰ ਆ ਇਸ ਪਾਸੇ ਆਓ ਬਾਜੀ ਹਾਏ ਕਿਤੇ ਬੈਠ ਲਾ ਇਹਦੇ ਇਹਦੇ ਕੋਲ ਬਾਓ ਇਹਨੂੰ ਇਹਨਾਂ ਦੇ ਡੇਢ ਹਫਤਾ ਹੈ ਇਹਨੂੰ ਬੋ ਨਹੀਂ ਆਈ ਇਹਦੇ ਕੋਲ ਬਾਓ ਆਓ ਵੇ ਆ ਜਿਆਦਾ ਹੈ ਐ ਹੀ ਉਬਲੇ ਹਾਲ ਤੋਂ ਬੈਠੋ ਜੀ ਤੁਸੀਂ ਦੇਖੋ ਜੀ ਜਾ ਲਾਇਆ ਖਾਣ ਲਈ ਕੀ ਪਕਾਇਆ ਕੁਛ ਵੀ ਨਹੀਂ ਦਾਲ ਤੇ ਨਾਨ ਮੰਗਾਏ ਨੇ ਯਾਰ ਚੁੱਪ ਕਰੋ ਓਏ ਜੇ ਅਸੀਂ ਆਪਣੇ ਵਾਸਤੇ ਮੰਗਾਏ ਜੀ ਉਹ ਸਾਰੇ ਇੱਥੇ ਇਕੱਠੇ ਹੋ ਗਏ ਪਿੱਛੇ ਭਾਵੇਂ ਸੌਣ ਚੁੱਕਿਆ ਜਾਏ ਸੌਣ ਦਾ ਸਾਲਿਆ ਪਿਆ ਸਾਨੂੰ ਸੌਣ ਦਾ ਫਿਕਰ ਨਹੀਂ ਉਹ ਚਲਾਉਣ ਵਾਲਾ ਜੀ ਹੋ ਜਾ ਉਹ ਨਾ ਚੁੱਕਿਆ ਜਾਏ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਖੈਰ ਸਵੇਰੇ ਵਾਪਸ ਕਰ ਦੇ ਉਹ ਵੀ ਮਹਿਕਮਾ ਲਗਾ ਚਲੋ ਸ਼ੁਰੂ ਕਰੋ ਸ਼ੁਰੂ ਕਰੋ ਇੱਥੇ ਕੀ ਜਨਾਜ਼ਾ ਪਿਆ ਮਰੀਦਾ ਜੀ ਆ खुदकुशी कर लू सोच में उंगली दी तो बिजली चले नसीबो दी बैन का सौरा जया
तेन दसिया समझ आ जाएगी या तेरा हाथ लुआ दया तेन समझ सौखा हाथ लुआया भी समझ नहीं आनी अच्छा जी हल्का जाए चोपना पैण यार मरासिया कुआली शुरू करो एक मिनट खाए सब एक मिनट अच्छा जी किल किल लेकिन ये दो टीमें हो गई ये अलहदा हो लैदा ठीक है जी नहीं नहीं जरा मर्जी जरा मैच बॉल हां जरा मर्जी करो ओके चल भाई एक बार शुरू किल है के मानता नहीं किल है के मानता नहीं क्या बात ये बेकरारी क्यों हो रही है ये जानता ही नहीं क्या बात है ओ किल है के मानता नहीं क्या बात है क्या बात है मुखड़ा मुखड़ा ही कैसा क्या है किया है किल के बदले किल तो सारी दुनिया दे गई है किल के बदले किल तो सारी दुनिया देती है हम तो किल के साथ तुझे पलाश भी दे देंगे किला ठहर जा यार दा किल लैण दे किला ठहर जा यार दा किल लैण दे कोई जांदी वारी सजना नू किल लैण दे कोई जांदी वारी सजना नू किल लैण दे किला ठहर जा तू भी लैला वेला बैठा वो का किल ना किल तुझे दिया था रखने को किल तुझे दिया था रखने को तूने किल को सुजा के रख दिया वजन तो देख सुजना ही यार किल लगी 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 किल लगी 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 किल लगी किल लगी मैं ऐसी किल को लगी के किल खो गया किल लगी मैं ऐसी किल को लगी के किल खो गया किसी का दीवाना ये किल हो गया ये किल हो गया ये किल हो गया निदा निदा बाबा दामा किल लगी 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 किले दे तार कहंदे बार बार तेरे तो वक्त ना रवा
ਕਿਲ ਹੋਇਆ ਬੇਈਮਾਨ ਕਿਲ ਇਸ ਕਿਲ ਨੂੰ ਮੈਂ ਕੀ ਕਵਾਂ ਸਾਰੇ ਗਾਣੇ ਤੂੰ ਹੀ ਗਾਉਣਾ ਤੂੰ ਸ਼ਾਜ਼ੀਆ ਮਨਜ਼ੂਰ ਦਾ ਬੱਚਾ ਆਇਆ ਸਾਰੇ ਗਾਣੇ ਤੂੰ ਹੀ ਠੋਕੀ ਆਉਣਾ ਹੈ ਤੁਸੀਂ ਗਾ ਲਓ ਫਰੀਦਾ ਤੁਸੀਂ ਵੀ ਠੋਕੋ ਮਾਰ ਲਿਆ ਸੁਣਾਓ 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 ਇੱਕ ਰਿਸ਼ਤਾ ਕਿਲਦੀਆਂ ਲੱਗੀਆਂ ਨੂੰ ਕੌਣ ਜਾਣਦਾ ਮੈਂ ਜਾਣਦਾ ਜਾਂ ਮੇਰਾ ਕਿਲ ਜਾਣਦਾ ਐ ਬੇਈਮਾਨ ਆਦਮੀ ਹੈ ਉਹ ਕਿਉਂ ਸਾਡੇ ਜਿਹਾ ਕਿਲ ਆਉਂਦਾ ਨਾ ਮੂੰਹ ਪਰੇ ਕਰ ਲੈਂਦਾ ਇਹਨੇ ਕਦੀ ਵੀ ਕਿਲ ਨੂੰ ਰਿਸਪੌਂਸ ਨਹੀਂ ਦਿੱਤਾ ਚੱਲ ਤੇਰੀ ਵਾਰੀ ਫਿਰ ਮੈਂ ਕਿਲ ਤੇਰੇ ਪੱਟਾਂ ਥੱਲੇ ਰੱਖਿਆ ਤੂੰ ਹਿਲ ਕੇ ਵਖਾ ਤੇ ਸਹੀ ਤੂੰ ਹਿਲ ਕੇ ਵਖਾ ਤੇ ਸਹੀ ਇਹਦਾ ਕਿਲ ਵਿੱਚ ਹੀ ਰਹਿ ਗਿਆ ਐ ਸੜਿਆ ਨਿਕਲੇਗਾ ਇੱਕ ਦਿਨ ਇੱਕ ਹੋਰ ਆ ਇੱਕ ਹੋਰ ਹੈ ਇੱਕ ਹੋਰ ਕਿਆ ਯਹੀ ਪਿਆਰ ਹੈ ਲੋ ਆਹਾ ਸ਼ਹਾਦਾ ਕਿਲ ਕਿੱਥੇ ਇੱਥੇ ਕਿਲ ਆਏਗਾ ਔਰ ਐਡਾ ਵੱਡਾ ਹੈ ਕਿਲ ਕਿ ਤੁਹਾਡੇ ਤੇ ਕਰਾਏਗਾ ਹੀ ਕੀਰ ਦਾ ਓਏ ਹਾਏ ਅੱਧਾ ਤਾਂ ਲੈ ਲੈਣਾ ਸਾੜ ਲੈ ਮੈਂ ਅੱਧਾ ਦਾ ਨਾ ਲਵਾਂ ਕਿਆ ਯਹੀ ਪਿਆਰ ਹੈ ਕਿਲ ਤੇਰੇ ਬਿਨ ਕਿਲ ਤੇਰੇ ਬਿਨ ਕਹੀਂ ਲੱਗਦਾ ਕਿਲ ਤੇਰੇ ਬਿਨ ਕਿਲ ਤੇਰੇ ਮਹਿਸੂਸ ਹੋਇਆ ਹੀ ਆ ਥੋੜਾ ਜਿਹਾ ਤੈਨੂੰ ਝੋਬਾ ਹੈ ਕਹੀਂ ਲੱਗਦਾ ਨਹੀਂ ਵਕਤ ਗੁਜ਼ਰਤਾ ਨਹੀਂ ਕਿਆ ਯਹੀ ਪਿਆਰ ਹੈ ਕਿਲ ਪੇ ਤੁਝੇ ਬਿਠਾ ਕਿਲ ਪੇ ਤੁਝੇ ਬਿਠਾ ਕੇ ਕਰ ਲੂਗਾ ਮੈਂ ਬੰਦ ਆਖੇ ਚੀਖੇ ਸੁਣੂਗਾ ਤੇਰੀ ਕਿਲ ਜਦ ਯਾਰ ਨੂੰ ਦੇ ਛੱਡਿਆ